स्वागत है थोड़ा सांझा टीवी खबरसार बिहाइंड द न्यूज़। साड़ी हमेशा कोशिश होंदी है कि असी थोड़े तक सारिया वो खबरां लेके आईए जिहड़ियां लियाउणियां बहुत जरूरी होंदियां। तो एक इनफॉर्मेशन भी थोड़े नाल मैं सांझी करना चाहुंदी हां। तुसीं सारे जानदे हो कि साडे प्रोमो चल रहे ने जस सहोता। सो 17 सालां दा नौजवान आ जिसनों की पावर व्हीलचेयर चाहिए आ। कम्यूनिटी वालों बहुत सारी मदद इस बच्चे की की जा रही हैगी आ। सो थोड़ी जी फंडिंग बाकी रह गई है, तकरीबन मेरे ख्याल दे विच $7600 जिहड़ा इस बच्चे का रह गया आ, तो इस दी व्हीलचेयर फिर आ सकती है। सो आओ असी रल के अपना दसवंध कढ़ीए ते इस बच्चे नू आशीर्वाद देईए तां कि ये बच्चा उस पावर व्हीलचेयर दे राही अपने काम अपने हत्थी कर सके, बाहर अंदर निकल सके, अपना खाना ਲੈ ਸਕੇ, ਆਪ ਉੱਠ ਕੇ ਕਿਸੇ ਦੇ ਮੁਹਤਾਜ ਨਾ ਰਵੇ। ਸੋ ਆਓ ਰਲ ਕੇ ਅਸੀਂ ਇਸ ਬੱਚੇ ਦੀ ਮਦਦ ਕਰੀਏ ਪਾਵਰ ਵੀਲਚੇਅਰ ਲੈਣ ਦੇ ਲਈ। ਸੋ ਜੇ ਹਾਲੇ ਤੱਕ ਕਿਸੇ ਨੇ ਇਸ ਨੂੰ ਨਹੀਂ ਦਸਵੰਧ ਆਪਣਾ ਕੱਢਿਆ ਤਾਂ ਤੁਸੀਂ ਗੋ ਫੰਡ ਮੀ ਪੇਜ 'ਤੇ ਜਾ ਕੇ ਜਸ ਸਹੋਤਾ JASS ਦੇ ਨਾਲ ਇਹ ਜਸ ਲਿਖਦੇ ਆ। ਸੋ ਜਸ ਸਹੋਤਾ ਜਾ ਕੇ ਤੁਸੀਂ ਉੱਥੇ ਆਪਣੀ ਫੰਡਿੰਗ ਦੇ ਸਕਦੇ ਹੋ। ਸੋ ਬ੍ਰੇਕ ਤੋਂ ਬਾਅਦ ਵਾਪਸ ਫਿਰ ਅਸੀਂ ਆ ਗਏ ਹਾਂ ਅਤੇ ਪਹਿਲਾਂ ਅਸੀਂ ਬਹੁਤ ਵਧੀਆ ਗੱਲਬਾਤ ਕੀਤੀ ਪ੍ਰਦੀਪ ਸਿੰਘ ਵਿਰਕ ਹੋਣਾ ਦੇ ਨਾਲ ਚੰਡੀਗੜ੍ਹ ਤੋਂ। ਔਰ ਹੁਣ ਖਬਰਾਂ ਹੋਰ ਬੜੀਆਂ ਇੰਟਰਸਟਿੰਗ ਸਾਡੇ ਕੋਲ ਨੇ। ਸੋ ਬਰਾੜ ਸਾਹਿਬ ਹੁਣ ਅਗਲੀ ਖਬਰ ਕਰੋਨੇ ਦੀ ਆਉਂਦੇ ਆ। ਐਤਕੀ ਪਹਿਲਾਂ ਸ਼ੁਰੂ ਦੇ ਵਿੱਚ ਅਸੀਂ ਕਰਦੇ ਹੁੰਦੇ ਹਾਂ, ਐਤਕੀ ਹਾਕੀ ਵੀ ਤੁਸੀਂ ਦੱਸੀ ਨਹੀਂ ਵੀ ਕਿੱਥੇ ਗਈ। ਸੋ ਕਰੋਨਾ ਤੋਂ ਪਹਿਲਾਂ ਥੋੜ੍ਹਾ ਜਿਹਾ ਹਾਕੀ ਬਾਰੇ ਦੱਸੋ ਕਿ ਕਨਕਸ ਦਾ ਕੀ ਹਾਲ ਆ। ਕਨਕਸ ਵਾਲਿਆਂ ਨੇ ਕਨਕਸ ਪ੍ਰੇਮੀਆਂ ਦੀ ਇੱਜ਼ਤ ਰੱਖ ਲਈ ਸੀ ਐਤਕੀ। ਕਿਆ ਬਾਤ ਹੈ, ਝੰਡੇ ਝੂਲ ਗਏ ਜਾਣੀ ਝੰਡੇ ਝੂਲ ਗਏ ਐਤਕੀ। ਤੇ ਵੀਕਡੇ ਦੇ ਵਿੱਚ ਇਹ ਮੈਚ ਸੀ, ਇਸ ਕਰਕੇ ਜ਼ਿਆਦਾ ਇਕੱਠ ਨਹੀਂ ਹੋਇਆ। ਲੋਕ ਆਪਣੀਆਂ ਗੱਡੀਆਂ ਤੇ ਬੱਚਿਆਂ ਨੂੰ ਨਾਲ ਲੈ ਕੇ ਜ਼ਰੂਰ ਗਏ ਤੇ ਲੇਟ ਖਤਮ ਹੋਇਆ ਸੀ ਇਹ ਮੈਚ। ਬੜਾ ਫਸਵਾਂ ਮੈਚ ਸੀ। ਸੈਕਿੰਡ ਹਾਫ ਦੇ ਵਿੱਚ ਜਿਹੜਾ ਸੈਕਿੰਡ ਪੀਰੀਅਡ ਜਦੋਂ ਸ਼ੁਰੂ ਹੋਇਆ, ਵੈਨਕੂਵਰ ਕਨਕਸ ਦੇ ਉੱਪਰ ਗੋਲਡਨ ਨਾਈਟਸ ਨੇ ਪੂਰਾ ਦਬਾਅ ਬਣਾਈ ਰੱਖਿਆ। ਔਰ ਪਹਿਲੀ ਵਾਰ ਆ ਜਦੋਂ ਜਿਹੜਾ ਬੈਕਅਪ ਗੋਲੀ ਸੀ ਉਹਦੀ ਚਰਚਾ ਹੋ ਰਹੀ ਆ ਜੀ। ਉਹਨਾਂ ਨੇ 43 ਸ਼ਾਟਸ ਰੋਕੀਆਂ। ਇੰਨੇ ਸ਼ਾਟ ਤੇ ਸ਼ਾਟ ਗੋਲਡਨ ਨਾਈਟਸ ਵਾਲਿਆਂ ਨੇ ਸਕੋਰ ਕਰਨ ਦੇ ਲਈ ਮਾਰੇ, ਪਰ ਉਹ ਧੰਨ ਮਾਂ ਦਾ ਸ਼ੇਰ ਜਿਹਨੇ ਇੰਨੇ ਸ਼ਾਟਸ ਨੂੰ ਰੋਕਿਆ। ਬਹੁਤ ਰਸ਼ ਪਿਆ ਵੈਨਕੂਵਰ ਕਨਕਸ ਦੀ ਡੀ ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ ਤੀਜਾ ਤੇ ਆਖਰੀ ਰਾਊਂਡ ਸ਼ੁਰੂ ਹੋਇਆ ਉਦੋਂ ਫਿਰ ਕਨਕਸ ਨੇ ਪੈਂਤੜਾ ਬਦਲਿਆ ਤੇ ਉਦੋਂ ਫਿਰ ਕਨਕਸ ਨੂੰ ਮੌਕਾ ਮਿਲਿਆ। ਕਨਕਸ ਦੀ ਟੀਮ ਹਾਵੀ ਰਹੀ, ਅਖੀਰਲੇ 2 ਮਿੰਟਾਂ ਦੇ ਵਿੱਚ ਆਪਣਾ ਗੋਲੀ ਵੀ ਉਹਨਾਂ ਨੇ ਗੋਲਡਨ ਨਾਈਟਸ ਨੇ ਕੱਢ ਲਿਆ ਤੇ ਪੂਰਾ ਜ਼ੋਰ ਲਾਇਆ ਕਨਕਸ ਵਾਲਿਆਂ ਦੇ ਉੱਪਰ ਬਰਾਬਰੀ ਕਰਨ ਦੇ ਲਈ। ਉਹਨਾਂ ਨੇ ਤਾਂ ਲਾਤਾ ਪਰ ਉਹ ਬਰਾਬਰੀ ਨਹੀਂ ਹੋ ਸਕੀ। ਬਹੁਤ ਫਸਵਾਂ ਮੈਚ ਸੀ, ਬਹੁਤ ਫਸਵਾਂ ਮੈਚ ਸੀ। ਕੀ ਬਾਤ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਰੋਨਾ ਦੀ ਕੀ ਸਥਿਤੀ ਹੈ। ਸਾਡੇ ਨਾਲ ਇੱਕ ਕਾਲਰ ਹੈ ਬਰਾੜ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਕਰੋਨਾ ਤੇ ਗੱਲਬਾਤ ਕਰੀਏ। ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਗਗਨਦੀਪ ਕੌਰ ਹੈ ਜੀ। ਹਾਂਜੀ ਗਗਨਦੀਪ ਜੀ, ਕੀ ਕਹੋਗੇ ਜੀ ਤੁਸੀਂ ਸਾਨੂੰ? ਹਾਂਜੀ ਹਾਂਜੀ ਗਗਨ ਜੀ, ਤੁਸੀਂ ਸਾਨੂੰ ਪਹਿਲਾਂ ਵੀ ਕਾਲ ਕੀਤੀ ਸੀ ਔਰ ਬ੍ਰੇਕ ਟਾਈਮ ਤੁਸੀਂ ਦੱਸਿਆ ਸੀ ਤੁਹਾਡੇ ਨਾਲ ਇੱਕ ਬਹੁਤ ਵੱਡਾ ਸਕੈਮ ਹੋਇਆ ਤੇ ਪਹਿਲਾਂ ਆਪਣੇ ਬਾਰੇ ਦੱਸੋ ਗਗਨ ਜੀ, ਤੁਸੀਂ ਇੱਥੇ ਇੰਟਰਨੈਸ਼ਨਲ ਵਿਦਿਆਰਥੀ ਆਏ ਹੋ ਨਾ? ਹਾਂਜੀ ਮੈਂ ਇੱਥੇ ਇੱਕ ਇੰਟਰਨੈਸ਼ਨਲ ਸਟੂਡੈਂਟ ਆ। ਮੈਂ ਯਾਰਕਲੇ ਯੂਨੀਵਰਸਿਟੀ ਦੇ ਵਿੱਚ ਕਰੰਟਲੀ ਸਟੱਡੀ ਕਰ ਰਹੀ ਹਾਂ ਤੇ ਮੇਰਾ ਸੈਕਿੰਡ ਸਮੈਸਟਰ ਹਜੇ ਚੱਲ ਰਿਹਾ ਆ। ਕਿੰਨਾ ਕੁ ਟਾਈਮ ਹੋਇਆ ਤੁਹਾਨੂੰ ਗਗਨ ਜੀ ਇੱਥੇ ਆਇਆ ਹੋਇਆ? ਮੈਂ ਜੀ ਇੱਥੇ 7 ਮਾਰਚ ਨੂੰ ਆਈ ਸੀ ਜੀ। ਸੋ ਥੋੜਾ ਹੀ ਸਮਾਂ ਹੋਇਆ ਤੇ ਜਿਹੜਾ ਤੁਹਾਡੇ ਨਾਲ ਸਕੈਮ ਹੋਇਆ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਕਦੋਂ ਇਹ ਤੁਹਾਡੇ ਨਾਲ ਹੈਪਨ ਹੋਇਆ, ਕਿੱਦਾਂ ਸਕੈਮ ਹੋਇਆ ਤੁਹਾਡੇ ਨਾਲ? ਹਾਂਜੀ ਮੈਂ ਟਿਊਜ਼ਡੇ ਨੂੰ ਆਪਣੇ ਕੰਮ ਤੋਂ ਜਾ ਰਹੀ ਸੀ, ਇਸੇ ਵੀਕ ਦੀ ਗੱਲ ਆ। ਮੈਂ ਨੀਅਰ ਅਬਾਊਟ ਇੱਥੋਂ 12 ਵਜੇ ਨਿਕਲੀ ਆ ਤੇ ਮੇਰਾ ਰਸਤਾ ਥੋੜਾ ਜ਼ਿਆਦਾ ਪੈਂਦਾ ਆ ਤਾਂ ਇੱਕ ਵਜੇ ਮੈਨੂੰ ਫੋਨ ਆਇਆ ਤੇ ਮੈਂ ਫਸਟ ਸੀ ਤਾਂ ਮੈਨੂੰ ਪਤਾ ਨਹੀਂ ਲੱਗਾ। ਫਿਰ ਦੂਸਰੀ ਵਾਰ ਮੈਨੂੰ ਫੋਨ ਆਇਆ ਤਾਂ ਮੈਂ ਮਤਲਬ ਕਾਲ ਪਿੱਕ ਕੀਤੀ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਮਤਲਬ ਕਿ ਸਿਨ ਨੰਬਰ ਆ, ਸੋਸ਼ਲ ਇੰਸ਼ੋਰੈਂਸ ਨੰਬਰ ਆ, ਉਹ ਕੋਈ ਹੋਰ ਯੂਜ਼ ਕਰ ਰਿਹਾ ਹੈ ਤੁਹਾਡੀਆਂ ਇਲੀਗਲ ਐਕਟੀਵਿਟੀਜ਼ ਦੇ ਲਈ। ਬਟ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੋਇਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਨਹੀਂ ਵਿਸ਼ਵਾਸ ਵੀ ਮੈਂ ਤੁਹਾਨੂੰ ਦੇਖ ਕਿੱਦਾਂ ਵਿਸ਼ਵਾਸ ਕਰਾਂ। ਕਹਿੰਦੇ ਕਿ ਤੁਸੀਂ ਗੂਗਲ ਤੇ ਨੰਬਰ ਸਰਚ ਕਰ ਲਓ, ਮਤਲਬ ਕਿ ਜੋ ਸਰਵਿਸ ਕੈਨੇਡਾ ਵੱਲੋਂ ਆ ਨੰਬਰ, ਤੇ ਮੈਂ ਜਦੋਂ ਗੂਗਲ ਤੇ ਸਰਚ ਕੀਤਾ ਤਾਂ ਸਰਵਿਸ ਕੈਨੇਡਾ ਦੇ ਜੋ ਨੰਬਰ ਗੂਗਲ ਤੇ ਸੀ ਉਹੀ ਨੰਬਰ ਸੀ ਤੇ ਮੈਨੂੰ ਵਿਸ਼ਵਾਸ ਹੋ ਗਿਆ ਤੇ ਮੈਂ ਬਿਲਕੁਲ ਅਨਅਵੇਅਰ ਸੀ ਇਹ ਚੀਜ਼ਾਂ ਬਾਰੇ ਕਿਉਂਕਿ ਇੰਡੀਆ 'ਚ ਵੀ ਪੇਰੈਂਟਸ ਗਾਈਡ ਕਰਦੇ ਸੀ ਤਾਂ ਮੈਨੂੰ ਇੰਨਾ ਕੁਛ ਨਹੀਂ ਸੀ ਪਤਾ ਸੀ। ਮੈਂ ਉਹਨਾਂ ਦੇ ਗੱਲਾਂ ਦੇ ਵਿੱਚ ਆ ਗਈ ਤੇ ਮਤਲਬ ਉਹਨਾਂ ਨੇ ਮੈਨੂੰ ਇੰਨੀਆਂ ਸਾਰੀਆਂ ਐਕਟੀਵਿਟੀਜ਼ ਕਰਾਈਆਂ ਕਿ ਆਹ ਐਕਟੀਵਿਟੀਜ਼ ਤੁਸੀਂ ਕੀਤੀਆਂ ਆ
ਦੈਨ ਮੈਂ ਕਿਹਾ ਵੀ ਮੈਨੂੰ ਸੋਲਿਊਸ਼ਨ ਦੱਸੋ ਕੀ ਆ, ਕਹਿੰਦੇ ਸੋਲਿਊਸ਼ਨ ਤੁਹਾਡੇ ਕੋਲ ਦੋ ਆ, ਇੱਕ ਤਾਂ ਹੈ ਤੁਹਾਨੂੰ ਪੁਲਿਸ ਅਰੈਸਟ ਕਰ ਲਓ, ਤੁਸੀਂ ਮੰਨ ਲਓ ਕਿ ਤੁਸੀਂ ਸਾਰੇ ਕ੍ਰਾਈਮਸ ਕੀਤੇ ਆ, ਤੇ ਸੈਕੰਡ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਪੁਲਿਸ ਆਫਿਸਰ ਨਾਲ ਗੱਲ ਕਰੋ। ਮੈਂ ਕਿਹਾ ਮੇਰੇ ਕੋਲ ਓਬਵੀਅਸਲੀ ਬੈਟਰ ਆਪਸ਼ਨ ਸੀ ਕਿ ਮੈਂ ਪੁਲਿਸ ਸਟੇਸ਼ਨ ਗੱਲ ਕਰਾਂ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪੁਲਿਸ ਸਟੇਸ਼ਨ ਗੱਲ ਕਰ ਜਾਊਂਗੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਪੁਲਿਸ ਆਫਿਸਰ ਨਾਲ ਗੱਲ ਕਰਾ ਦਿੰਦਾ। ਮੈਂ ਕਿਹਾ ਨਹੀਂ ਵੀ ਜਿਹੜਾ ਮੇਰੇ ਨੀਅਰ ਪੈਂਦਾ ਹੈ ਮੈਂ ਤੈਨੂੰ ਉਸਦਾ ਨੰਬਰ ਦਿੰਦੀ ਹਾਂ, ਮੈਨੂੰ ਉਹ ਪੁਲਿਸ ਸਟੇਸ਼ਨ ਤੇ ਗੱਲ ਕਰਾਓ, ਤੇ ਮੈਨੂੰ ਮੇਰੇ ਨੀਅਰ ਮਤਲਬ ਰੋਇਲ ਨਾਮ ਦੇ ਕੁਛ ਮਤਲਬ ਕਿ ਸਟੇਸ਼ਨ ਪੈਂਦਾ ਸੀਗਾ, ਤੇ ਮੈਂ ਉਹਨਾਂ ਦਾ ਉਹਨੂੰ ਨੰਬਰ ਦਿੱਤਾ ਕਿ ਆਹ ਨੰਬਰ ਹੈ, ਮੈਨੂੰ ਸੇਮ ਨੰਬਰ ਤੋਂ ਉਹੀ ਜਿਹੜਾ ਗੂਗਲ ਤੇ ਸੀਗਾ ਪੁਲਿਸ ਸਟੇਸ਼ਨ ਦਾ ਉੱਥੋਂ ਕਾਲ ਆਈ, ਤੇ ਮੈਂ 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 ਉਹਨਾਂ ਨਾਲ ਪੁਲਿਸ ਆਫਿਸਰ ਨਾਲ ਗੱਲ ਕੀਤੀ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਸਰਵਿਸ ਕੈਨੇਡਾ ਵੱਲੋਂ ਤੁਹਾਡੀ ਫਾਈਲ ਆਈ ਹੈ ਕਿ ਤੁਸੀਂ ਇਹ ਸਭ ਲੀਗਲ ਐਕਟੀਵਿਟੀਜ਼ ਕਰਦੇ ਹੋ, ਪਰ ਤੁਸੀਂ ਤੁਹਾਡੇ ਰਿਕਾਰਡ ਚੈੱਕ ਕੀਤੇ ਆ, ਬਟ ਉਹਦੇ ਵਿੱਚ ਤੁਸੀਂ ਮਤਲਬ ਕਿ ਜਿਹੜਾ ਤੁਹਾਡਾ ਐਕਚੁਅਲ ਅਕਾਊਂਟ ਹੈ ਤੇ ਉਹਦੇ ਵਿੱਚ ਏਦਾਂ ਦਾ ਕੁਛ ਨਹੀਂ ਆ, ਤੇ ਤੁਹਾਨੂੰ ਮਤਲਬ ਕਿ ਅਸੀਂ ਹਨਾ ਤੁਹਾਨੂੰ ਇੱਕ ਬਿਟਕੋਇਨ ਮਸ਼ੀਨ ਹੈ ਜੋ ਗਵਰਨਮੈਂਟ ਅਥੋਰਾਈਜ਼ਡ ਮਸ਼ੀਨ ਹੈ, ਤੁਹਾਨੂੰ ਜਿਹੜੀ ਆਪਣੀ ਮਨੀ ਹੈ ਉਹਦੇ ਵਿੱਚ ਟ੍ਰਾਂਸਫਰ ਕਰਨੀ ਹੋਏਗੀ, ਅਦਰਵਾਈਜ਼ ਅਸੀਂ 2 ਘੰਟੇ ਬਾਅਦ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਫ੍ਰੀਜ਼ ਕਰ ਦੇਵਾਂਗੇ। ਤੇ ਮੈਂ ਗਗਨ ਜੀ ਮੈਂ ਤੁਹਾਡੀ ਗੱਲ ਥੋੜੀ ਜਿਹੀ ਰੋਕਦੀ ਹਾਂ, ਜਦੋਂ ਉਹਨਾਂ ਨੇ ਤੁਹਾਨੂੰ ਫੋਨ ਕੀਤਾ ਕਿਹਾ ਕਿ ਪੁਲਿਸ ਸਟੇਸ਼ਨ ਤੋਂ ਫੋਨ ਆ, ਇਹੋ ਦੂਜਾ ਗਵਰਨਮੈਂਟ ਦੇ ਨੰਬਰ ਆ, ਤੁਸੀਂ ਉਹ ਸਰਚ ਕੀਤੇ ਤੇ ਸੇਮ ਹੀ ਨੰਬਰ ਸੀ ਤੁਹਾਡੇ ਫੋਨ ਤੇ? ਹਾਂਜੀ, ਮੇਰੇ ਗੂਗਲ ਦੇ ਅਕਾਊਂਟ ਤੇ ਸਾਰਾ ਸੇਮ ਸੀਗਾ, ਮਤਲਬ ਉਹਨਾਂ ਜੋ ਸਰਵਿਸ ਕੈਨੇਡਾ ਦਾ ਨੰਬਰ ਸੀ ਉਹ ਵੀ ਸੇਮ ਸੀ, ਤੇ ਜੋ ਪੁਲਿਸ ਦਾ ਨੰਬਰ ਸੀ ਉਹ ਵੀ ਸੇਮ ਸੀਗਾ। ਤੇ ਫਿਰ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਪੈਸੇ ਕਢਾਓ, ਤੇ ਉਹ ਫੋਨ ਤੇ ਹੀ ਉਹਨਾਂ ਚਿਰ ਤੁਹਾਡੇ ਨਾਲ ਰਹੇ? ਹਾਂਜੀ, ਮੈਨੂੰ 1 ਮਿੰਟ ਵੀ ਉਹਨਾਂ ਨੇ ਮਤਲਬ ਕਿ ਫੋਨ ਤੋਂ ਡਿਸਕਨੈਕਟ ਨਹੀਂ ਹੋਏ, 1 ਸੈਕਿੰਡ ਦੇ ਲਈ ਵੀ ਨਹੀਂ ਹੋਏ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡੇ ਤੇ ਨਜ਼ਰ ਰੱਖ ਰਹੇ ਹਾਂ। ਮੈਂ ਆਪਣੇ ਆਸ ਪਾਸ ਦੇਖ ਵੀ ਰਹੀ ਸੀ ਕਿ ਲੋਕ ਹੈਗੇ ਆ, ਉਹਨਾਂ ਦੇ ਫੇਸ ਕਵਰਿੰਗ ਸੀਗੀਆਂ। ਠੀਕ ਹੈ, ਸੋ ਤੁਸੀਂ ਤੁਰ ਕੇ ਜਦੋਂ ਤੁਸੀਂ ਬੈਂਕ ਨੂੰ ਗਏ, ਕਿ ਤੁਸੀਂ ਤੁਰ ਕੇ ਗਏ ਸੀ, ਬੱਸ 'ਚ ਗਏ ਸੀ ਬੈਂਕ ਨੂੰ? ਨਹੀਂ, ਮੈਂ ਤੁਰ ਕੇ ਨਹੀਂ ਗਈ ਸੀ, ਉਹਨਾਂ ਨੇ ਕਿਹਾ ਕਿ ਤੁਹਾਨੂੰ ਗਵਰਨਮੈਂਟ ਵੱਲੋਂ ਇੱਕ ਕੈਬ ਆਊਗੀ ਤੇ ਤੁਸੀਂ ਉਸ ਤੇ ਜਾਣਾ ਆ, ਬਟ ਜਿਹੜਾ ਕੋਈ ਕੈਬ ਪਰਸਨ ਆ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ, ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਸੋ ਤੁਹਾਨੂੰ ਕੈਬ ਘਰੋਂ ਪਿਕਅਪ ਕਰਨ ਆਈ ਸੀ? ਹਾਂਜੀ, ਮੈਨੂੰ ਘਰੋਂ ਕੈਬ ਡਰਾਈਵਰ ਗੋਰਾ ਸੀ ਜਾਂ ਕੋਈ ਪੰਜਾਬੀ ਮੂਲ ਦਾ ਆਦਮੀ ਸੀ? ਮੈਨੂੰ 2 ਕੈਬਸ ਆਈਆਂ, ਦੋਨੋਂ ਸੀ ਪੰਜਾਬੀ ਬੰਦੇ ਸੀਗੇ ਉਹ ਜਿਹੜੇ ਕੈਬ ਪਰਸਨ ਸੀਗੇ। ਕੋਈ ਵੀ ਗੱਲ ਨਹੀਂ ਕੀਤੀ ਵੀ ਮੈਨੂੰ ਇਦਾਂ ਇਦਾਂ ਕਾਲ ਆਈ ਆ ਤੇ ਮੈਂ ਜਾ ਰਹੀ ਹੈਗੀ ਆ? ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਇੰਨਾ ਕੁ ਜ਼ਿਆਦਾ ਟਰੈ ਕਿ ਕੋਈ ਵੀ ਕਲਪਰੇਟ ਹੋ ਸਕਦਾ ਆ, ਕੋਈ ਵੀ ਤੁਹਾਨੂੰ ਕੁਛ ਵੀ ਕਰ ਸਕਦਾ, ਤੁਹਾਡੇ ਤੇ ਨਜ਼ਰ ਰੱਖ ਸਕਦਾ, ਮੇ ਬੀ ਜੋ ਕਲਪਰੇਟ ਆ ਉਹ ਤੁਹਾਨੂੰ ਫੋਲੋ ਕਰਦਾ ਹੋਵੇ, ਮਤਲਬ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਸੋ ਉਹ ਜਿਹੜੀ ਉਹਨਾਂ ਵੱਲੋਂ ਭੇਜੀ ਗਈ ਸੀ ਟੈਕਸੀ, ਤੇ ਤੁਸੀਂ ਕਾਲ ਕੀਤੀ ਕਿ ਉਹਨਾਂ ਨੇ ਭੇਜੀ ਸੀ ਟੈਕਸੀ ਤੁਹਾਨੂੰ? ਉਹਨਾਂ ਨੇ ਹੀ ਟੈਕਸੀ ਭੇਜੀ ਸੀ, ਜਿੱਥੇ ਵੀ ਟੈਕਸੀ ਭੇਜੀ ਤੇ ਮੈਂ ਜਸਟ ਉੱਥੇ ਖੜੀ ਹੁੰਦੀ ਸੀ ਤੇ ਟੈਕਸੀ ਆ ਜਾਂਦੀ ਸੀ। ਤੇ ਤੁਸੀਂ ਇੱਕ ਵਾਰੀ ਵੀ ਨਹੀਂ ਗਗਨ ਸੋਚਿਆ ਕਿ ਤੁਹਾਨੂੰ ਪਤਾ ਨਹੀਂ ਕੌਣ ਆ, ਤੁਸੀਂ ਇੱਦਾਂ ਦਾ ਕੋਈ ਕ੍ਰਾਈਮ ਕੀਤਾ ਨਹੀਂ, ਤੁਸੀਂ ਨਵੇਂ ਆਏ ਆ, ਤੁਸੀਂ ਕਿਸੇ ਫੋਨ ਰੱਖ ਕੇ ਜਾਂ ਕੱਟਣ ਦੀ ਕੋਸ਼ਿਸ਼ ਕੀਤੀ ਜਾਂ ਪਰਿਵਾਰ ਦੇ ਨਾਲ, ਜਾਂ ਤੁਹਾਡੇ ਪਰਿਵਾਰ 'ਚ ਪਹਿਲਾਂ ਕਿਸੇ ਨੇ ਤੁਹਾਨੂੰ ਦੱਸਿਆ ਸੀ ਵੀ ਇੱਥੇ ਇੱਦਾਂ ਦੀਆਂ ਵੀ ਕਾਲਾਂ ਆਉਂਦੀਆਂ ਹੈਗੀਆਂ? ਮੈਂ ਇਸ ਚੀਜ਼ ਬਾਰੇ ਬਿਲਕੁਲ ਅਵੇਅਰ ਸੀ ਜਦੋਂ ਮੈਂ ਇੱਥੇ ਆਈ, ਤਾਂ ਮੈਂ 3rd day ਕੰਮ ਤੇ ਚੱਲ ਗਈ, ਸ਼ਾਇਦ ਮੈਨੂੰ ਤਾਂ ਇਸ ਚੀਜ਼ ਬਾਰੇ ਮੈਂ ਅਵੇਅਰ ਨਹੀਂ ਸੀਗੀ, ਐਂਡ ਮਤਲਬ ਮੈਂ ਇੰਨਾ ਕੁ ਜ਼ਿਆਦਾ ਕਨਫਿਊਜ਼, ਇੰਨਾ ਕੁ ਡਰ ਗਈ ਸੀ ਕਿ ਮੇਰੇ ਨਾਲ ਹੋਇਆ ਕਿ, ਬਿਕੋਜ਼ ਘਰੋਂ ਵੀ ਸਟਰਗਲ ਕਰਕੇ ਆਏ ਹੁੰਦੇ ਆ ਓਬਵੀਅਸਲੀ, ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਰਿਪੋਰਟ ਕੀਤਾ ਜਾਊਗਾ ਤਾਂ ਤੁਹਾਨੂੰ ਅਰੈਸਟ ਕੀਤਾ ਜਾਊਗਾ, ਤਾਂ ਮੈਂ ਇੱਕੋ ਦਮ ਡਰ ਗਈ ਸੀ ਕਿ ਮੇਰੇ ਪੇਰੈਂਟਸ ਨੇ ਮੈਨੂੰ ਇੰਨਾ ਸਟਰਗਲ ਕਰਕੇ ਇੱਥੇ ਭੇਜਿਆ ਆ, ਜੇ ਇਹ ਸਭ ਕੁਛ ਹੋ ਗਿਆ ਤਾਂ ਮਤਲਬ ਇੰਨੇ ਪੈਸੇ ਲਾ ਕੇ, ਮੈਂ ਬਿਲਕੁਲ ਡਰ ਗਈ ਸੀ, ਮੇਰਾ ਦਿਮਾਗ ਨਹੀਂ ਸੀ ਕੰਮ ਕਰ ਰਿਹਾ, ਮੇਰੇ ਨਾਲ ਹੋ ਕੀ ਰਿਹਾ ਆ। ਤੇ ਗਗਨ ਫੇਰ ਤੁਸੀਂ ਉਹਨਾਂ ਨੇ ਜਦੋਂ ਟੈਕਸੀ ਭੇਜੀ ਤੁਹਾਨੂੰ, ਟੈਕਸੀ ਲੈ ਕੇ ਕਿੱਥੇ ਕਿੱਥੇ ਤੁਹਾਨੂੰ ਗਈ ਉਹ ਟੈਕਸੀ ਲੈ ਕੇ? ਟੈਕਸੀ ਲੈ ਕੇ ਪਹਿਲਾਂ ਮੈਨੂੰ ਮਤਲਬ ਬੈਂਕ ਗਈ, ਉਹ ਬੈਂਕ ਸੀਗੀ 102A ਐਵਨਿਊ ਤੇ ਸੀਗੀ, ਤੇ ਸਕੋਸ਼ੀਆ ਬੈਂਕ ਮੈਂ ਗਈ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕਲਪਰੇਟ ਕੋਈ ਵੀ ਹੋ ਸਕਦਾ ਤੁਹਾਡੇ ਤੇ, ਜੋ ਵੀ ਮੈਨੂੰ ਮਤਲਬ ਇੰਨਾ ਡਰਾਇਆ, ਤੁਸੀਂ ਬੈਂਕ 'ਚ ਕੁਛ ਨਹੀਂ ਦੱਸਣਾ। ਜਦੋਂ ਮੈਂ ਉਹਨਾਂ ਤੋਂ ਕਿਹਾ ਕਿ ਮੈਨੂੰ ਅਮਾਊਂਟ ਵਿਦਡਰਾਅਲ ਕਰ ਦਿਓ, ਕਹਿੰਦੇ ਸਾਡੇ ਕੋਲ ਇੰਨੇ ਫੰਡ ਨਹੀਂ ਹੈਗੇ, ਮੈਨੂੰ 3000 ਤੱਕ ਹੀ ਹੋਰ ਮਤਲਬ ਦੇ ਸਕਦੇ ਆ। ਮੈਂ ਕਿਹਾ ਓਕੇ ਵੀ ਦੇ ਦਿਓ, ਮੈਂ 3000 ਮੈਂ ਉਹ ਲਏ, ਤੇ ਉਹਦੇ ਨਾਲ ਹੀ 5 ਮਿੰਟ ਦੇ ਰਸਤੇ ਤੇ ਇੱਕ ਸਨਪੁਰ ਨਾਮ ਦੀ ਮਾਰਕੀਟ ਆ, ਉੱਥੇ ਉਹ ਬਿਟਕੋਇਨ ਮਸ਼ੀਨ ਨਾਮ ਦੀ ਇੱਕ ਮਸ਼ੀਨ ਸੀ, ਯੈਲੋ ਕਲਰ ਦੀ ਮਸ਼ੀਨ ਸੀ, ਤੇ ਉਹਨਾਂ ਨੇ ਮੈਨੂੰ QR ਕੋਡ ਸੈਂਡ ਕੀਤੇ ਜਿਹੜੇ ਮੇਰੇ ਕੋਲ ਹਜੇ ਹੈਗੇ ਆ। ਸੋ ਤੁਸੀਂ ਗਗਨ ਜੀ, ਤੁਸੀਂ ਬੈਂਕ ਚੋਂ ਪੈਸੇ ਵਿਦਡਰਾ ਕੀਤਾ $3000, ਤੇ ਤੁਸੀਂ ਜਿਹੜਾ ਸਟੋਰ ਦੱਸ ਰਹੇ ਹੋ ਤੁਸੀਂ ਉੱਥੇ ਜਾ ਕੇ ਉਹ ਪੈਸੇ ਉਸ ਮਸ਼ੀਨ ਚ ਪਾਤੇ? ਹਾਂਜੀ, ਮੈਂ ਉਸ ਸੈਂਡਰ ਦਾ ਨਾਮ ਆਇਆ ਸੀ ਤੁਹਾਨੂੰ ਕਿਹਦੇ ਨਾਂ ਤੇ ਪਾਏ ਸੀ? ਮੇਰੇ ਕੋਲ ਕੋਈ ਨਾਮ ਨਹੀਂ ਆਇਆ, ਮੈਂ ਉਹੀ ਦੱਸ ਰਹੀ ਹਾਂ ਕਿ ਮੈਨੂੰ ਇੱਕ QR ਕੋਡ ਆਏ ਤੇ ਇੱਕ OTP ਆਇਆ, ਤੇ ਉਹ ਮਸ਼ੀਨ ਦੇ ਵਿੱਚ ਮੈਂ QR ਜਿਹੜਾ ਕੋਡ ਸੀ ਉਹ ਸਕੈਨ ਕਰਨਾ ਸੀ ਤੇ OTP ਉਹ ਫਿਲ ਕਰਨਾ ਸੀਗਾ।
ਤੇ ਉਹ ਜੋ ਬਾਅਦ ਚੋਂ ਮਸ਼ੀਨ ਕਹਿੰਦੀ ਸੀ ਕਿ ਇਨਸਰਟ ਕੈਸ਼, ਮੈਂ ਉਹਦੇ ਵਿੱਚ ਕੈਸ਼ ਪਾਈ ਜਾਣਾ ਸੀਗਾ। ਤੇ ਤੁਸੀਂ $3,000 ਪਾਇਆ ਸੀ, ਪਰ ਤੁਸੀਂ ਕਹਿੰਦੇ ਸੀ ਕਿ ਤੁਸੀਂ ਦੋ ਬੈਂਕਾਂ ਨੂੰ ਗਏ ਸੀ। ਹਾਂਜੀ, ਫਿਰ ਮੈਂ ਦੂਸਰੀ ਬੈਂਕ ਜਿਹੜੀ ਆਪਣੀ ਸਰੀ ਸੈਂਟਰਲ ਬੈਂਕ ਹੈ, ਮੈਂ ਉਸ ਬ੍ਰਾਂਚ ਗਈ, ਉਹਨਾਂ ਨੇ ਵੀ ਕਿਹਾ ਸਾਡੇ ਕੋਲ ਫੰਡ ਨਹੀਂ ਹੈ, ਮੈਂ ਤੁਹਾਡੀ 3,000 ਦੀ ਜਿਹੜੀ ਕ੍ਰੈਡਿਟ ਡੈਬਿਟ ਕਾਰਡ ਦੀ ਲਿਮਿਟ ਉਹ ਇਨਕਰੀਜ ਕਰ ਦਿੰਦੀ ਹਾਂ, ਜਿਹੜੀ 3,000 ਸੀ ਤੁਹਾਡੀ, ਤੁਹਾਨੂੰ ਮੈਂ ਕੈਸ਼ ਦੇ ਦੇਣਾ। ਉਹਨਾਂ ਨੇ ਮੈਨੂੰ 3,000 ਕੈਸ਼ ਦਿੱਤਾ ਤੇ ਮੈਂ 2,400 ਜਿਹੜਾ 30 ਰੁਪਏ ਸੀਗੇ ਉਹ ਮੈਂ ATM ਤੋਂ ਕਢਾਈ। 2,000 ਟੋਟਲ 8,000 ਕਿੰਨੇ ਡਾਲਰ ਕਢਾਏ ਦੱਸੇ ਜੀ? ਮੈਂ ਜੀ 8,430 ਰੁਪਏ ਕਢਾਏ, ਡਾਲਰ ਕਢਾਏ। 8,430 ਡਾਲਰ ਤੁਸੀਂ ਕਢਾ ਕੇ ਉਸ ਬਿਟਕੋਇਨ ਮਸ਼ੀਨ ਚ ਪਾਤੇ, ਤੇ ਫਿਰ ਉਹਨਾਂ ਨੇ ਤੁਹਾਨੂੰ ਕੀ ਕਿਹਾ, ਅਗਲੀ ਕਾਰਵਾਈ ਕੀ ਹੋਈ? ਇਸ ਤੋਂ ਬਾਅਦ ਮੈਂ ਜਦੋਂ ਬਿਟਕੋਇਨ ਮਸ਼ੀਨ ਚ ਉਹ ਪੈਸੇ ਪਾਤੇ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਜਿਹੜੇ ਘਰ ਤੋਂ ਆਫੀਸਰਸ ਆਉਣਗੇ ਸਵੇਰੇ। ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਇਹ ਮਸ਼ੀਨ ਚੋਂ ਮੈਂ ਮਨੀ ਕਿੱਦਾਂ ਵਿਦਡਰਾਵਲ ਕਰਾ ਸਕਦੀ ਹਾਂ, ਤੇ ਵੀ ਹੁਣ ਤਾਂ ਮੈਂ ਇਹ, ਉਹ ਕਹਿੰਦੇ ਕਿ ਤੁਹਾਡੇ ਘਰ ਤੋਂ ਮਤਲਬ ਕਿ ਆਫੀਸਰਸ ਆਣਗੇ, ਜਿਹੜੇ ਤੁਹਾਡਾ ਜਿਹੜਾ ਇਹ ਸਿਨ ਨੰਬਰ ਆ ਜਾਂ ਅਕਾਊਂਟ ਨੇ ਉਹ ਸਾਰੇ ਅਸੀਂ ਫ੍ਰੀਜ਼ ਕਰ ਦਾਂਗੇ, ਤੇ ਤੁਹਾਨੂੰ ਜਿਹੜਾ ਨਵਾਂ ਸਿਨ ਨੰਬਰ ਜਾਂ ਅਕਾਊਂਟ ਨੰਬਰ ਜੋ ਵੀ ਇਸ਼ੂ ਹੋਊਗਾ ਤੁਹਾਡੇ ਜਿਹੜੇ ਪੈਸੇ ਆ ਉਹ ਚ ਟ੍ਰਾਂਸਫਰ ਹੋ ਜਾਣਗੇ ਜੀ। ਤੇ ਗਗਨ ਤੁਸੀਂ ਇਸ ਦੀ ਕੰਪਲੇਂਟ ਜਿਹੜੀ ਆ ਪਲੀਜ਼ ਫਾਈਲ ਤੁਸੀਂ ਕੀਤਾ, ਕੁਝ ਦੱਸਿਆ ਉਹਨਾਂ ਨੂੰ ਜਾ ਕੇ? ਹਾਂਜੀ, ਮੈਂ ਉਸੇ ਮਤਲਬ ਜਦੋਂ ਮੈਨੂੰ ਪਤਾ ਲੱਗਾ, ਜਦੋਂ ਮੈਂ ਹਨਾ ਮੈਨੂੰ ਕੁਝ ਮਤਲਬ ਕਿ ਇਦਾਂ ਲੱਗਾ ਵੀ ਮੈਨੂੰ ਫੋਨ ਕਰਕੇ ਦੁਬਾਰਾ ਪੁੱਛਣਾ ਚਾਹੀਦਾ, ਮੇਰੇ ਕੋਈ ਡਾਊਟ ਸੀ ਉਹਨਾਂ ਤੋਂ, ਮੈਂ ਦੁਬਾਰਾ ਕਾਲ ਕੀਤਾ ਤਾਂ ਨੰਬਰ ਅਨਅਵੇਲੇਬਲ ਆ ਰਿਹਾ ਸੀਗਾ, ਤੇ ਮੈਨੂੰ ਪਤਾ ਲੱਗ ਗਿਆ ਕਿ ਇਹ ਨੰਬਰ ਮਤਲਬ ਸਹੀ ਨਹੀਂ ਆ। ਤੇ ਫਿਰ ਤੁਸੀਂ ਆਪਣੇ ਘਰ ਗੱਲ ਕੀਤੀ ਜੀ? ਹਾਂਜੀ, ਮੈਂ ਆਪਣੇ ਘਰ ਗੱਲ ਕੀਤੀ ਤੇ ਫਿਰ ਮੈਨੂੰ ਮੇਰੇ ਮਤਲਬ ਗਾਈਡ ਕੀਤਾ ਸਭ ਨੇ, ਜਿੱਦਾਂ ਮੈਂ ਕੰਮ ਕਰਦੀ ਉੱਥੇ ਕਿ ਤੂੰ ਪੁਲਿਸ ਸਟੇਸ਼ਨ ਜਾ। ਮੈਂ ਮੇਰੇ ਨੀਅਰ ਬਾਏ ਪੁਲਿਸ ਸਟੇਸ਼ਨ ਪੈਂਦਾ ਸੀ ਨਿਊਟਨ ਐਕਸਚੇਂਜ ਕੋਲੇ, ਮੈਂ ਉੱਥੇ ਪੁਲਿਸ ਸਟੇਸ਼ਨ ਤੇ ਗਈ ਤੇ ਉਹਨਾਂ ਬਾਹਰ ਹੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਕਾਮਨ ਆ, ਮਤਲਬ ਉਹਨਾਂ ਨੇ ਮੇਰੀ ਗੱਲ ਨੂੰ ਅਣਸੁਣਾ ਜਿਹਾ ਹੀ ਕੀਤਾ ਇੱਕ ਤਰ੍ਹਾਂ ਦਾ, ਮਤਲਬ ਮੇਰੀ ਗੱਲ ਢੰਗ ਨਾਲ ਸੁਣੀ ਹੋਣੀ ਗਈ, ਤੇ ਉਹਨਾਂ ਨੇ ਇਵਨ ਮੈਨੂੰ ਇਹ ਵੀ ਨਹੀਂ ਪੁੱਛਿਆ ਕਿ ਤੁਸੀਂ ਕੇਸ ਫਾਈਲ ਕਰਨਾ ਹੈ ਨਹੀਂ ਕਰਨਾ, ਉਹ ਵੀ ਮੈਂ ਖੁਦ ਕਿਹਾ ਕਿ ਮੈਨੂੰ ਰਿਪੋਰਟ ਚਾਹੀਦੀ ਹੈ ਮੇਰੇ ਕੋਲ, ਉਹ ਮਤਲਬ ਜਿਹੜੀ ਰਿਪੋਰਟ ਨੰਬਰ ਹੈ ਜਿਹੜਾ ਮੇਰਾ ਫਾਈਲ ਨੰਬਰ ਹੈ ਜਿਹੜਾ ਪੁਲਿਸ ਕੇਸ ਦਾ ਉਹ ਮੇਰੇ ਕੋਲ ਹੈਗਾ ਆ, ਮੈਂ ਉਹਨਾਂ ਤੋਂ ਲੈ ਕੇ ਆਈ। ਤੇ ਤੁਸੀਂ ਪੁਲਿਸ ਨੇ ਹੋਰ ਵੀ ਤੁਹਾਨੂੰ ਕੁਝ ਦੱਸਿਆ ਕਿ ਉਹਨਾਂ ਕੋਲ ਇਹੋ ਜਿਹਾ ਕੇਸ ਆਉਂਦੇ ਰਹਿੰਦੇ ਆ ਜਾਂ ਉਹਨਾਂ ਨੇ ਤੁਹਾਨੂੰ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਦਿੱਤੀ? ਹਾਂਜੀ, ਉਹ ਕਹਿੰਦੇ ਕਿ ਅੱਜ ਹੀ ਸਾਡੇ ਕੋਲੇ ਮਤਲਬ ਬਹੁਤ ਕੇਸ ਆਏ ਜਿਹੜੇ ਸਟੂਡੈਂਟਸ ਨਾਲ ਹੋਇਆ, ਸਾਡੇ ਕੋਲੇ ਮਤਲਬ ਕਿੰਨੇ ਸਾਲਾਂ ਤੋਂ ਰੋਜ਼ ਹੀ ਮਤਲਬ ਕਿ ਇਦਾਂ ਦੇ ਕੇਸ ਆਉਂਦੇ ਆ, ਤੇ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਕਿ ਅਸੀਂ ਆਪਣੀ ਕੰਟਰੀ ਨੂੰ ਛੱਡ ਕੇ ਇੱਥੇ ਇਹ ਕੰਟਰੀਆਂ 'ਚ ਵੀ ਅਗਰ ਅਸੀਂ ਸੇਫ ਨਹੀਂ ਆ ਤਾਂ ਸਾਡੀ ਸੇਫਟੀ ਕੀ ਆ, ਕਿਉਂਕਿ ਮੇਰੇ ਕੋਲੇ ਹੁਣ ਬਿਲਕੁਲ ਨਿਲ ਬੈਲੈਂਸ ਆ ਮੇਰੇ ਅਕਾਊਂਟ, ਮੇਰੇ ਕੋਲ ਕੋਈ ਪੈਸਾ ਨਹੀਂ, ਮੈਂ ਆਪਣੇ ਪੇਰੈਂਟਸ ਤੋਂ ਵੀ ਨਹੀਂ ਲੈ ਸਕਦੀ ਪੈਸਾ, ਬਿਕੋਜ਼ ਆਈ ਨੋ ਉਹਨਾਂ ਨੇ ਪਹਿਲਾਂ ਹੀ ਬਹੁਤ। ਬੇਟੇ ਗਗਨ, ਤੁਸੀਂ ਹੌਸਲਾ ਰੱਖੋ, ਜ਼ਿੰਦਗੀ 'ਚ ਅਜਿਹੇ ਝਟਕੇ ਲੱਗਦੇ ਰਹਿੰਦੇ ਨੇ, ਔਰ ਤੁਸੀਂ ਇਹ ਜੇ ਕਿਸੇ ਆਪਣੇ ਪਰਿਵਾਰਕ ਮੈਂਬਰ ਜਾਂ ਕਿਸੇ ਸਾਥੀ ਦੋਸਤ ਮਿੱਤਰ ਸਹੇਲੀ ਨਾਲ ਗੱਲ ਕਰਦੇ ਤਾਂ ਸ਼ਾਇਦ ਤੁਸੀਂ ਬਚ ਸਕਦੇ ਸੀ, ਪਰ ਅਜੇ ਵੀ ਇਹ ਹੁਣ ਬਾਕੀ ਸਾਰੇ ਸੁਣ ਦੇਖਣ ਵਾਲਿਆਂ ਨੂੰ ਇਹ ਕੰਨ ਹੋ ਜਾਣੇ ਚਾਹੀਦੇ ਨੇ ਕਿ ਠੱਗਾਂ ਦੇ ਗਰੋਹ ਸਰਗਰਮ ਨੇ। ਅਸੀਂ ਵਾਰ ਵਾਰ ਇਹਨਾਂ ਮੰਚਾਂ ਤੋਂ ਇਹ ਬੇਨਤੀ ਕਰਦੇ ਰਹਿੰਦੇ ਹਾਂ, ਰੇਡੀਓ 'ਤੇ, TV ਚੈਨਲ 'ਤੇ ਇਹ ਅਕਸਰ ਗੱਲਬਾਤ ਹੁੰਦੀ ਰਹਿੰਦੀ, ਲੋਕਾਂ ਨੂੰ ਅਸੀਂ ਜਾਗਰੂਕ ਕਰਦੇ ਹਾਂ, ਸੁਚੇਤ ਕਰਦੇ ਹਾਂ ਕਿ ਜੇ ਕੋਈ ਵੀ ਤੁਹਾਨੂੰ ਫੋਨ ਆਵੇ ਤਾਂ ਯਕਦਮ ਕੋਈ ਫੈਸਲਾ ਨਾ ਲਓ, ਉਹਨਾਂ ਦੇ ਪਿੱਛੇ ਨਾ ਲੱਗੋ, ਕਿਉਂਕਿ ਕੈਨੇਡਾ ਦੀਆਂ ਜਿਹੜੀਆਂ ਵੀ ਇਹ ਫੈਡਰਲ ਜਾਂ ਸੂਬਾਈ ਪੱਧਰ ਦੀਆਂ ਸਰਕਾਰੀ ਏਜੰਸੀਆਂ ਨੇ ਉਹ ਕਿਸੇ ਨੂੰ ਵੀ ਧਮਕੀ ਨਹੀਂ ਦਿੰਦੀਆਂ, ਉਹ ਕਿਸੇ ਨੂੰ ਵੀ ਖੜ੍ਹੇ ਪੈਰ ਪੈਸੇ ਜਮ੍ਹਾਂ ਕਰਵਾਉਣ ਲਈ ਨਹੀਂ ਕਹਿੰਦੀਆਂ, ਔਰ ਬਿਟਕੋਇਨ ਰਾਹੀਂ ਪੈਸੇ ਜਮ੍ਹਾਂ ਕਰਵਾਉਣ ਦੀ ਤਾਂ ਕੋਈ ਤੁੱਕ ਹੀ ਨਹੀਂ ਬਣਦੀ। ਜੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਵੇ ਵੀ ਤਾਂ ਤੁਸੀਂ ਖੜ੍ਹੇ ਪੈਰ ਫੈਸਲਾ ਕੋਈ ਵੀ ਨਾ ਲਓ, ਕੁਛ ਦਿਨ ਜ਼ਰੂਰ ਉਹਦਾ ਉਡੀਕ ਕਰੋ, ਫੈਸਲਾ ਕਰੋ, ਅਤੇ ਫਿਰ ਚੰਗੀ ਤਰ੍ਹਾਂ ਪੁੰਨ ਛਾਣ ਕਰਕੇ ਹੀ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚ ਕੇ, ਕਿਉਂਕਿ ਉਹਨਾਂ ਨੇ ਤੁਹਾਨੂੰ ਅਸਲੀ ਹੋਣ ਦਾ ਭੁਲੇਖਾ ਪਾਉਣਾ ਹੁੰਦਾ। ਠੱਗਾਂ ਨੇ ਤੁਹਾਡੇ ਰਾਹੀਂ ਜਿਹੜੇ ਪਹੁੰਚ ਕਰਨੀ ਆ, ਉਹਨਾਂ ਨੇ ਤੁਹਾਨੂੰ ਡਰਾ ਕੇ, ਧਮਕਾ ਕੇ ਜਾਂ ਲਾਲਚ ਦੇ ਕੇ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਨੀਆਂ ਨੇ। ਸੋ ਤੁਹਾਡੇ ਨਾਲ ਰਾਜੇ ਹਮਦਰਦੀ ਹੈ, ਤੁਸੀਂ ਕਮਿਊਨਿਟੀ 'ਚ ਰਹਿੰਦੇ ਹੋ, ਬਹੁਤ ਸਾਰੇ ਲੋਕ ਤੁਹਾਨੂੰ ਸੁਣ ਅਤੇ ਦੇਖ ਰਹੇ ਨੇ, ਤੁਹਾਡੀ ਮਦਦ ਲਈ ਵੀ ਅੱਗੇ ਆਉਣਗੇ, ਤੁਸੀਂ ਘਬਰਾਉਣਾ ਨਹੀਂ ਤੇ ਅੱਗੇ ਤੋਂ ਜ਼ਰੂਰ ਸਾਵਧਾਨ ਰਹਿਣਾ ਜੀ। ਮੈਂ ਕਦੇ ਇਹ ਚੀਜ਼ ਬਾਰੇ ਸੋਚਿਆ ਹੀ ਨਹੀਂ ਸੀ ਕਿ ਇਸ ਕੰਟਰੀ ਦੇ ਵਿੱਚ ਜਿੱਥੇ ਮੈਂ ਆਪਣੀ ਸਿਰਫ ਇੱਕ ਚੀਜ਼ ਨੂੰ ਮੋਸਟਲੀ ਮੈਂ ਦੇਖ ਕੇ ਆਈ ਸੀ ਕਿ ਸੇਫਟੀ, ਕਿ ਮੇਰੇ ਨਾਲ ਇਹ ਕੰਟਰੀ 'ਚ ਵੀ ਇੱਦਾਂ ਦਾ ਕੁਛ ਹੋਏਗਾ, ਮੈਂ ਇਸ ਚੀਜ਼ ਬਾਰੇ ਬਿਲਕੁਲ ਅਨਅਵੇਅਰ ਸੀਗੀ, ਤੇ ਮੈਂ ਅੱਜ ਪਛਤਾ ਰਹੀ ਹਾਂ ਕਿ ਮੈਂ ਕਿਉਂ ਇੱਥੇ ਆਈ ਹਾਂ, ਜੇ ਇੱਥੇ ਵੀ ਸਭ ਕੁਛ ਚੱਲਣਾ ਸੀ ਮੇਰੇ ਨਾਲ। ਗਗਨ ਬੱਚੇ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਜੀ, ਇਹ ਕੰਟਰੀ ਬਹੁਤ ਵਧੀਆ ਆ, ਬੜਾ ਵਧੀਆ ਫਿਊਚਰ ਹੈ ਇੱਥੇ ਤੁਹਾਡਾ,
ਪਰ ਕਹਿੰਦੇ ਮਾੜੇ ਲੋਕ ਹਰ ਇੱਕ ਸੁਸਾਇਟੀ 'ਚ ਹਰ ਇੱਕ ਕੰਟਰੀ 'ਚ ਹੁੰਦੇ ਆ ਜਿਹੜੇ ਦੂਜਿਆਂ ਦੇ ਠੱਗ ਹਰ ਥਾਂ ਹੀ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਠੱਗ ਕੇ ਖਾਣਾ ਆ ਪਰ ਕਮਿਊਨਿਟੀ ਤੁਹਾਨੂੰ ਬੱਚੇ ਸੁਣ ਰਹੀ ਆ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਆ $8,400 ਜਿਹੜੇ ਤੁਹਾਡੇ ਧੋਖੇ ਨਾਲ ਲੈ ਲਏ ਗਏ ਆ ਅਤੇ ਅਸੀਂ ਜ਼ਰੂਰ ਤੁਸੀਂ ਕੋਂਟੈਕਟ ਕਰਿਓ ਜੀ ਮੇਰੇ ਨਾਲ ਸ਼ੋਅ ਤੋਂ ਬਾਅਦ ਅਤੇ ਅਸੀਂ ਤੁਹਾਡੀ ਜ਼ਰੂਰ ਕਮਿਊਨਿਟੀ ਦੇ ਰਾਹੀਂ ਕੋਸ਼ਿਸ਼ ਕਰਾਂਗੇ ਕਿ ਜੇ ਸਾਡੀ ਕਮਿਊਨਿਟੀ ਥੋੜ੍ਹਾ ਬਹੁਤਾ ਤੁਹਾਡੀ ਮਦਦ ਕਰ ਸਕਣ ਤਾਂ ਕਿ ਜਿਹੜੇ ਤੁਸੀਂ ਪੈਸੇ ਆਪਣੀ ਫੀਸ ਲਈ ਜੋੜੇ ਸੀ ਉਹ ਤੁਹਾਨੂੰ ਲੋਕ ਥੋੜ੍ਹਾ ਬਹੁਤਾ ਦਸਵੰਧ ਕੱਢ ਕੇ ਤੁਹਾਡੀ ਮਦਦ ਕਰ ਸਕਣ ਹਮਦਰਦੀ ਹੈ ਬੱਚੇ ਤੁਹਾਡੇ ਨਾਲ ਸਾਨੂੰ ਪਰ ਅੱਗੇ ਤੋਂ ਤੁਸੀਂ ਇਸ ਗੱਲ ਨੂੰ ਕੋਸ਼ਿਸ਼ ਕਰੋ ਕਿ ਆਪਣੀ ਯੂਨੀਵਰਸਿਟੀ 'ਚ ਆਪਣੇ ਨਾਲ ਦੇ ਆਏ ਨਵੇਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਿਵੇਂ ਵੀ ਦੱਸ ਸਕਦੇ ਆ ਅਵੇਅਰਨੈਸ ਜ਼ਰੂਰ ਦਿਓ ਤਾਂ ਕਿ ਤੁਹਾਡੇ ਵਰਗੇ ਹੋਰ ਬੱਚੇ ਨਾ ਠੱਗ ਹੋਣ। ਹਾਂਜੀ ਮੈਂ ਆਪਣੀ ਯੂਨੀਵਰਸਿਟੀ ਦੇ ਵਿੱਚ ਵੀ ਸਪੈਸ਼ਲ ਆਪਣੇ ਪ੍ਰੋਫੈਸਰ ਨੂੰ ਮਤਲਬ ਕਿ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਨਿਊ ਸਟੂਡੈਂਟਸ ਆਉਂਦੇ ਆ ਤਾਂ ਓਰੀਐਂਟੇਸ਼ਨ ਦੇ ਟਾਈਮ ਜਦੋਂ ਯੂਨੀਵਰਸਿਟੀ ਵਿੱਚ ਓਰੀਐਂਟੇਸ਼ਨ ਹੁੰਦੀ ਆ ਤਾਂ ਇਹ ਸਭ ਸਕੈਮ ਕਾਲਸ ਬਾਰੇ ਉਹਨਾਂ ਨੂੰ ਜ਼ਰੂਰ ਦੱਸਣ ਤਾਂ ਕਿ ਮੇਰੀ ਵਰਗੀ ਸਿਚੁਏਸ਼ਨ ਕਿਸੇ ਕੋਲ ਨਾ ਆਵੇ ਕਿ ਉਹਦੇ ਕੋਲ ਕੋਈ ਫੂਡ ਲਈ ਵੀ ਪੈਸਾ ਨਾ ਹੋਵੇ। ਐਂਡ ਮੈਂ ਸੈਕਿੰਡ ਜਦੋਂ ਮੈਂ ਆਪਣੇ ਬੈਂਕ ਦੇ ਵਿੱਚ ਅਕਾਊਂਟ ਫਰੀਜ਼ ਕਰਵਾਇਆ ਤਾਂ ਮੈਂ ਆਪਣੇ ਬੈਂਕ ਐਡਵਾਈਜ਼ਰ ਨੂੰ ਵੀ ਐਡਵਾਈਸ ਦਿੱਤੀ ਆ ਕਿ ਪਲੀਜ਼ ਜਦੋਂ ਕੋਈ ਨਿਊ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਆ ਤਾਂ ਉਹਨਾਂ ਨੂੰ ਇਹ ਸਭ ਚੀਜ਼ਾਂ ਬਾਰੇ ਅਵੇਅਰ ਕਰਨ। ਉਹਨਾਂ ਦੇ ਤਾਂ 2-4 ਮਿੰਟ ਲੱਗਣੇ ਆਈ ਥਿੰਕ ਦੱਸਣ ਤੇ ਬਟ ਉਹਨਾਂ ਦਾ ਬਹੁਤ ਕੁਝ ਬਚ ਜਾਂਦਾ ਆ। ਥੈਂਕ ਯੂ ਗਗਨ, ਤੁਸੀਂ ਸਾਨੂੰ ਸ਼ੋਅ ਤੋਂ ਬਾਅਦ ਜ਼ਰੂਰ ਕੰਟੈਕਟ ਕਰਿਓ ਤੇ ਜ਼ਰੂਰ ਅਸੀਂ ਤੁਹਾਡੀ ਜਿੰਨੀ ਹੋ ਸਕੀ ਕਮਿਊਨਿਟੀ ਦੇ ਨਾਲ ਰਲ ਕੇ ਮਦਦ ਕਰਾਂਗੇ। ਪਰ ਜੇ ਤੁਹਾਨੂੰ ਗਰੋਸਰੀ ਲਈ ਹੋਰ ਕਿਸੇ ਜ਼ਰੂਰਤ ਲਈ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਜਿੱਥੇ ਤੁਸੀਂ ਬੱਚੇ ਰਹਿੰਦੇ ਹੋ ਅਸੀਂ ਤੁਹਾਡੇ ਤੱਕ ਗਰੋਸਰੀ ਜਿੰਨੀ ਵੀ ਤੁਹਾਡੀ ਮਦਦ ਕਰ ਸਕਦੇ ਅਸੀਂ ਪਹੁੰਚਦੀ ਜ਼ਰੂਰ ਕਰਾਂਗੇ। ਪਰ ਥੈਂਕ ਯੂ ਬੱਚੇ, ਤੁਸੀਂ ਇੰਨੀ ਹਿੰਮਤ ਦੇ ਨਾਲ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ। ਥੈਂਕ ਯੂ ਜੀ। ਸੋ ਬਰਾੜ ਸਾਹਿਬ, ਲੋਕਾਂ ਦਾ ਦੀਨ ਧਰਮ ਕੁਛ ਹੈ ਹੀ ਨਹੀਂ ਗਾ ਕਿ ਇਸ ਤਰੀਕੇ ਦੇ ਨਾਲ ਇੱਕ ਬੱਚੀ ਨੂੰ ਠੱਗਿਆ ਗਿਆ ਜਿਸਨੇ ਕਿ ਮਿਹਨਤ ਦੀ ਕਮਾਈ ਆਪਣੀ ਮਸਾਂ ਹੀ ਕਰਕੇ ਫੀਸਾਂ ਜੋੜੀਆਂ ਸੀਗੀਆਂ ਕਿ ਇਸ ਤਰ੍ਹਾਂ $8,400 ਗੱਲਾਂ ਦੇ ਵਿੱਚ ਲੈ ਕੇ ਬੱਚੇ ਤੋਂ ਲੈ ਲਿਆ। ਔਰ ਬਾਕੀ ਬੱਚੇ ਇਹਨਾਂ ਮੁਲਕਾਂ ਤੋਂ ਅਣਜਾਣ ਹੁੰਦੇ ਆ, ਕਈਆਂ ਗੱਲਾਂ ਦਾ ਪਤਾ ਨਹੀਂ, ਜਦੋਂ ਕਹਿਤਾ ਕਿ ਡਿਪੋਰਟ ਕਰ ਦੇਣਾ ਬੱਚਾ ਡਰ ਗਿਆ। ਔਰ ਕਹਿੰਦੇ ਠੱਗਾਂ ਦੇ ਕਿਹੜਾ ਹਾਲ ਵਗਦੇ, ਠੱਗੀ ਮਾਰ ਕੇ ਖਵਾਉਣਾ ਧੀਆਂ ਪੁੱਤਾਂ ਨੂੰ। ਜਿਹੜੀ ਵੱਡੀ ਗੱਲ ਇਸ ਬੱਚੀ ਨੂੰ ਜਿਹੜਾ ਝਟਕਾ ਵੱਡਾ ਉਹ ਇਹ ਲੱਗਿਆ ਕਿ ਇਹ ਚੰਗੇ ਸਿਸਟਮ ਦੇ ਵਿੱਚ ਉਹਨੇ ਬੜੀਆਂ ਆਸਾਂ ਉਮੀਦਾਂ ਲੈ ਕੇ ਆਈ ਸੀ, ਉਹਦੇ ਸੁਪਨੇ ਤਿੜਕੇ ਨੇ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਐਂ ਹੋ ਸਕਦਾ। ਔਰ ਦੇਖੋ ਇਹ ਮੁਲਕਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹੋ ਜਿਹੇ ਠੱਗ ਟੋਲੇ ਜਿਹੜੇ ਕਨੇਡਾ ਦੇ ਵਿੱਚ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਨੇ, ਉਹ ਕਈ ਤਾਂ ਇੰਡੀਆ ਦੇ ਵਿੱਚ ਮੁੰਬਈ ਅਤੇ ਦਿੱਲੀ ਵਰਗੇ ਮਹਾਂਨਗਰਾਂ ਦੇ ਵਿੱਚ ਆਪਣੇ ਡੇਰੇ ਜਮਾਈ ਬੈਠੇ ਨੇ। RCMP ਦੇ ਕੁਛ ਅਧਿਕਾਰੀਆਂ ਨੇ ਇੰਡੀਆ ਜਾ ਕੇ ਛਾਪੇ ਮਾਰ ਕੇ ਉਹਨਾਂ ਨੂੰ ਫੜਿਆ ਵੀ ਹੈ। ਬਿਲਕੁਲ, ਸਾਨੂੰ ਵੀ ਰਾਹੇ ਬਰਾਹੇ ਇਹਨਾਂ ਗੱਲਾਂ ਨੂੰ ਟੱਚ ਕਰਦੇ ਰਹਿਣਾ ਚਾਹੀਦਾ। ਜ਼ਰੂਰ। ਤੇ ਹੁਣ ਸਾਨੂੰ ਕੋਰੋਨਾ ਬਾਰੇ ਦੱਸੋ ਕੀ ਸਥਿਤੀ ਆ, ਕੇਸ ਕਿਵੇਂ, BC ਦੀ ਕੀ ਹਾਲਤ ਆ? BC ਦੇ ਵਿੱਚ ਪਿਛਲੇ 24 ਘੰਟਿਆਂ 'ਚ 104 ਨਵੇਂ ਕੇਸ ਸਾਹਮਣੇ ਆਏ ਨੇ। 104 ਕੇਸ 24 ਘੰਟਿਆਂ 'ਚ। ਔਰ ਪਿਛਲੇ ਇੱਕ ਹਫ਼ਤੇ ਤੋਂ ਕੇਸਾਂ ਦੀ ਜਿਹੜੀ ਔਸਤਨ ਗਿਣਤੀ ਆ ਉਹ 100 ਤੋਂ ਉੱਪਰ ਲੰਘਦੀ ਆ ਰਹੀ ਹੈ। BC ਦਾ ਜਿਹੜਾ ਸੂਬਾ ਜੀ ਉਹਨੂੰ ਅਰਥਚਾਰੇ ਨੂੰ ਖੋਲ੍ਹਿਆ ਜਾ ਰਿਹਾ, ਸਕੂਲ ਹੁਣ ਖੋਲ੍ਹਣ ਜਾ ਰਹੇ ਨੇ 10 ਸਤੰਬਰ ਤੋਂ। ਜੇ ਆਪਾਂ ਕਨੇਡਾ 'ਚ ਦੇਖੀਏ ਤਾਂ 1,30,000 ਤੋਂ ਵਧੇਰੇ ਕੇਸ ਸਾਹਮਣੇ ਆ ਚੁੱਕੇ ਨੇ, 9,100 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਔਰ ਕਰੋਨਾ ਵਾਇਰਸ ਦੁਬਾਰਾ ਫੈਲ ਰਿਹਾ ਹੈ, ਔਰ ਜਿਹੜਾ ਫਲੂ ਸੀਜ਼ਨ ਆ ਰਿਹਾ ਇਹਦੇ ਲਈ ਵੀ ਹੁਣ ਸਿਹਤ ਅਧਿਕਾਰੀਆਂ ਦੀ ਫਿਕਰਮੰਦੀ ਵਧੀ ਹੋਈ ਹੈ, ਇਸ ਕਰਕੇ ਕਿ ਇਸ ਸੀਜ਼ਨ ਦੇ ਵਿੱਚ ਇਹ ਜ਼ਿਆਦਾ ਫੈਲਦਾ ਫਲੂ, ਔਰ ਲੱਛਣ ਵੀ ਮਿਲਦੇ ਜੁਲਦੇ ਨੇ, ਫਿਰ ਲੋਕਾਂ ਨੂੰ ਪਤਾ ਨਹੀਂ ਲੱਗਣਾ, ਘਬਰਾਏ ਹੋਏ ਲੋਕਾਂ ਨੇ ਜ਼ਿਆਦਾ ਟੈਸਟ ਕਰਾਉਣੇ ਆ। BC ਦੇ ਵਿੱਚ ਵੀ ਤਕਰੀਬਨ ਹੁਣ 8,000 ਟੈਸਟ ਜਿਹੜੇ ਆ ਉਹ ਕਰਨ ਦਾ ਟੀਚਾ ਰੱਖਿਆ ਗਿਆ, ਕੁਛ ਥਾਵਾਂ 'ਤੇ ਡਰਾਈਵ ਥਰੂ ਟੈਸਟ ਕੀਤੇ ਜਾ ਰਹੇ ਨੇ, ਅਤੇ ਹਾਲਾਤ ਕੁੱਲ ਮਿਲਾ ਕੇ ਚੰਗੇ ਨੇ। ਜੋ ਜੂਨ ਦੇ ਵਿੱਚ BC ਨੇ ਜਿਸ ਤਰ੍ਹਾਂ ਕਾਬੂ ਪਾਇਆ ਸੀ, ਕਰ ਫਲੈਟ ਹੋ ਗਈ ਸੀ, ਦੁਬਾਰਾ ਸਿਰ ਚੁੱਕਦੀ 75-80-95 ਤੱਕ ਹੁਣ 100 ਤੱਕ ਗਿਣਤੀ ਪਹੁੰਚ ਗਈ ਹੈ। ਇਸ ਵੇਲੇ ਜਿਹੜੇ ਐਕਟਿਵ ਕੇਸ ਹੈ ਉਹਨਾਂ ਦੀ ਗਿਣਤੀ ਹੁਣ ਤੱਕ ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ ਸਭ ਤੋਂ ਜ਼ਿਆਦਾ ਬਣੀ ਹੋਈ ਹੈ ਜੀ। 10 ਮਰੀਜ਼ ICU ਵਿੱਚ ਲੰਮੇ ਪਏ ਨੇ ਜਿਹਨਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ, ਅਤੇ ਇਹ ਬੜੇ ਭੈੜੇ ਹਾਲਾਤ ਬਣੇ ਹੋਏ ਨੇ। ਸਿਹਤ ਅਧਿਕਾਰੀ ਵਾਰ ਵਾਰ ਇਹ ਸਲਾਹਾਂ ਦੇ ਰਹੇ ਨੇ ਕਿ ਸਮਾਜਿਕ ਮੇਲ ਮਿਲਾਪ ਘੱਟ ਕਰੋ। ਔਰ ਕਨੇਡਾ ਦੀ ਜਿਹੜੀ ਚੀਫ ਮੈਡੀਕਲ ਅਫਸਰ ਹੈ ਉਹਨੇ ਲੋਕ ਸਵਾਲ ਕਰਦੇ ਸਿੱਧਾ ਡਾਇਰੈਕਟ ਕਹਿਤਾ ਕਿ ਤੁਸੀਂ ਆਪਣੇ ਕਿਸੇ ਗਰਲਫ੍ਰੈਂਡ ਬੋਏਫ੍ਰੈਂਡ ਜਾਂ ਕਿਸੇ ਪਰਿਵਾਰ ਤੋਂ ਹੋਰ ਬਾਹਰਲੇ ਮੈਂਬਰ ਨਾਲ ਜੇ ਮਿਲਣ ਗਿਲਣ ਜਾਂਦੇ ਹੋ ਤਾਂ ਕਿਸ ਨਾ ਕਰੋ, ਇੱਥੋਂ ਤੱਕ ਕਿ ਹਾਂ ਬਿਸਤਰ ਹੋਣ ਵੇਲੇ ਵੀ ਚਿਹਰੇ 'ਤੇ ਮਾਸਕ ਪਾ ਕੇ ਰੱਖੋ।
ਬਹੁਤ ਵੱਡੀ ਗੱਲ ਹੈ ਜੀ। ਔਰ ਦੂਜੇ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਲੋਕੀ ਮਾਸਕ ਨੂੰ ਲੈ ਕੇ ਬਹੁਤ ਸਾਰੇ ਸਟੋਰਾਂ ਨੇ ਕੀਤਾ ਹੈ ਕਿ ਅਸੀਂ ਮਾਸਕ ਲਾਜ਼ਮੀ ਕੀਤੇ ਆ, ਪਰ ਅਸੀਂ ਜਦੋਂ ਨਿਊਜ਼ ਲੈ ਕੇ ਆਉਣੀਆਂ ਹੁੰਦੀਆਂ ਆਪਾਂ ਅਕਸਰ ਜਾਂਦੇ ਰਹਿੰਦੇ ਕਮਿਊਨਿਟੀ 'ਚ, ਆਪ ਵੀ ਅਸੀਂ ਗਰੋਸਰੀ ਸ਼ੋਪਿੰਗ ਲਈ ਜਾਂਦੇ ਹਾਂ, ਪਰ ਮੈਂ ਅਕਸਰ ਦੇਖਿਆ ਕਿ ਲੋਕਾਂ ਨੂੰ ਪਤਾ ਹੁੰਦਾ ਆ। ਸਾਡੇ ਨਾਲ ਫਿਰ ਤੋਂ ਇੱਕ ਕਾਲਰ ਆਏ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝੇ ਟੀਵੀ ਤੇ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਜਸਵਿੰਦਰ ਸਿੰਘ ਬੋਲ ਰਿਹਾ ਬਰਾੜ ਸਾਹਿਬ ਜੀ। ਸਤਿ ਸ੍ਰੀ ਅਕਾਲ ਜਸਵਿੰਦਰ ਜੀ। ਮੈਂ ਹੁਣੇ ਬੱਚੀ ਦਾ ਇੱਕ ਸੁਣ ਰਿਹਾ ਸੀ, ਜਿਵੇਂ ਕਿਵੇਂ ਹਾਲਾਤ ਇੱਥੇ ਹੋ ਰਹੇ ਨੇ, ਬੜੀ ਮੁਸ਼ਕਿਲ ਆ ਇੱਥੇ ਜੀ। ਬਾਕੀ ਅਸੀਂ ਆਪਣੀ ਹੋਪ ਵੈਲਫੇਅਰ ਸੋਸਾਇਟੀ ਵੱਲੋਂ ਇਹਨੂੰ ਬੱਚੀ ਨੂੰ $500 ਦੇਵਾਂਗੇ। ਬਹੁਤ ਸ਼ੁਕਰੀਆ ਜਸਵਿੰਦਰ ਸਿੰਘ ਜੀ, ਸਾਰਿਆਂ ਨੂੰ ਇੱਥੇ ਇਹਦੇ ਹੈਲਪ ਕਰਨ ਬੱਚੀ ਦੀ, ਬਿਲਕੁਲ ਜੀ, ਬਾਕੀ ਉਹ ਠੱਗਾਂ ਦੇ ਉੱਤੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਜਸਵਿੰਦਰ ਸਿੰਘ ਜੀ, ਅਸੀਂ ਜ਼ਰੂਰ ਇਸ ਬੱਚੀ ਦਾ ਕੰਟੈਕਟ ਤੁਹਾਡੇ ਤੱਕ ਪਹੁੰਚਦਾ ਕਰਾਂਗੇ। ਥੈਂਕ ਯੂ ਜੀ, ਥੈਂਕ ਯੂ। ਦੇਖੋ ਜੀ, ਕਮਿਊਨਿਟੀ ਚ ਕਮਿਊਨਿਟੀ ਦੇ ਵਿੱਚ ਹਮਦਰਦੀ ਤੇ ਹੈ ਬੇਸ਼ੱਕ। ਅਸੀਂ ਕਿਤੇ ਨਾ ਕਿਤੇ ਅਸੀਂ ਕਹਿੰਦੇ ਆ ਨਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਗੈਪ ਪੈ ਰਿਹਾ ਹੈਗਾ, ਕਮਿਊਨਿਟੀ ਦੇ ਨਾਲ ਇਹਨਾਂ ਦੀ ਬਣਦੀ ਨਹੀਂ, ਪਰ ਜਦੋਂ ਕਿਤੇ ਕਿਸੇ ਬੱਚੇ ਨੂੰ ਤਕਲੀਫ ਆਉਂਦੀ ਹੈ ਤੇ ਇਹੋ ਜਿਹਾ ਇਨਸਾਨ, ਇਹੋ ਜਿਹੀ ਕਮਿਊਨਿਟੀ ਝੱਟ ਉੱਠ ਕੇ ਖੜੀ ਹੋ ਜਾਂਦੀ ਹੈ। ਹੁਣ ਅਸੀਂ ਹੱਲੇ ਗੱਲ ਕੀਤੀ ਨੂੰ 5 ਮਿੰਟ ਨਹੀਂ ਹੋਏ ਹੋਣੇ ਆ ਤੇ ਇਹਨਾਂ ਨੇ $500 ਆਪਣੀ ਸੋਸਾਇਟੀ ਵੱਲੋਂ ਅਨਾਊਂਸ ਕਰ ਦਿੱਤਾ। ਸੋ ਧੰਨਵਾਦ ਤੁਹਾਡਾ ਜਸਵਿੰਦਰ ਜੀ। ਔਰ ਬਿਲਕੁਲ ਗਗਨ ਬੱਚੇ, ਬਹੁਤ ਕਮਿਊਨਿਟੀ ਸਟਰੋਂਗ ਆ, ਪੰਜਾਬੀ ਕਮਿਊਨਿਟੀ ਦਾ ਦਿਲ ਬਹੁਤ ਵੱਡਾ ਆ। ਜੇ ਤੁਹਾਡੇ ਨਾਲ ਠੱਗੀ ਵੱਜੀ ਆ, ਤੁਸੀਂ ਮਿਹਨਤ ਨਾਲ ਫੀਸ ਦੇ ਪੈਸੇ ਜੋੜੇ ਸੀ ਤੇ ਜ਼ਰੂਰ ਕਮਿਊਨਿਟੀ ਤੁਹਾਡੀ ਮਦਦ ਕਰੇਗੀ। ਸੋ ਸਾਡੇ ਨਾਲ ਕੰਟੈਕਟ ਕਰਿਓ ਤੇ ਅਸੀਂ ਤੁਹਾਡਾ ਰਾਬਤਾ ਇਹਨਾਂ ਦੇ ਨਾਲ ਕਰਾ ਦਾਂਗੇ ਤਾਂ ਕਿ ਸਿੱਧੇ ਤੁਸੀਂ ਇਹਨਾਂ ਨੂੰ ਮਿਲ ਸਕੋ ਤੇ ਇਹਨਾਂ ਦੇ ਕੋਲੋਂ ਆਪਣੀ ਜਿਹੜੀ ਪੇਮੈਂਟ ਲੈ ਸਕੋ। ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਸਾਂਝਾ ਟੀਵੀ ਅਸੀਂ ਸਾਡੇ ਤੁਸੀਂ ਸਟੂਡੀਓ ਤੇ ਆ ਕੇ, ਨਾ ਤੇ ਅਸੀਂ ਕਿਸੇ ਕੋਲੋਂ ਪੈਸੇ ਲੈਂਦੇ ਹਾਂ ਤੇ ਨਾ ਹੀ ਅਸੀਂ ਗਾਂਹ ਲੈ ਕੇ ਦਿੰਦੇ ਹਾਂ। ਸੋ ਸਾਡਾ ਕੰਮ ਆ ਸਿਰਫ ਮੈਸੇਜ ਦੇਣਾ ਤੇ ਇਹ ਪੈਸੇ ਸਿਰਫ ਤੁਸੀਂ ਆਪਸ ਦੇ ਵਿੱਚ ਸਿੱਧੇ ਲੈਣ ਦੇਣ ਕਰ ਸਕਦੇ ਹੋ, ਪਰ ਸਾਂਝਾ ਟੀਵੀ ਹਮੇਸ਼ਾ ਮੈਸੇਜ ਲੈ ਕੇ ਆਉਂਦਾ ਆ। ਪਰ ਪੈਸੇ ਦੇ ਮਾਮਲੇ ਦੇ ਵਿੱਚ ਅਸੀਂ ਮਾਫੀ ਚਾਹੁੰਦੇ ਹਾਂ ਕਿ ਤੁਸੀਂ ਗੋ ਫੰਡ ਮੀ ਤੇ ਜਾ ਕੇ ਦੇ ਸਕਦੇ ਆ। ਜੋ ਵੀ ਇਸ ਬੱਚੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਗੋ ਫੰਡ ਮੀ ਸੈੱਟ ਕੀਤਾ ਜਾਵੇਗਾ ਜਾਂ ਕੋਈ ਹੈਲਪ ਲਾਈਨ ਕੁਛ ਵੀ ਸੈੱਟ ਕੀਤਾ ਜਾਵੇਗਾ, ਉਹਦੀ ਜਾਣਕਾਰੀ ਮੈਂ ਤੁਹਾਡੇ ਤੱਕ ਲੈ ਕੇ ਜ਼ਰੂਰ ਪਹੁੰਚਾਂਗੀ। ਪਰ ਥੈਂਕ ਯੂ ਤੁਹਾਡਾ ਵਾਂਸ ਅਗੇਨ ਜਸਵਿੰਦਰ ਜੀ, ਤੁਸੀਂ ਇਸ ਬੱਚੀ ਦੀ ਮਦਦ ਕੀਤੀ ਹੈ। ਸੋ ਬੜਾ ਵਧੀਆ ਜੀ, ਵਾਕਈ ਪੰਜਾਬੀ ਕਮਿਊਨਿਟੀ ਹਮੇਸ਼ਾ ਹੀ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਆਰੀਅਨ ਦਿਓਲ ਦੀ ਵੀ ਕੀਤੀ ਸੀ, 22 ਦਿਨਾਂ ਦੇ ਵਿੱਚ $3 ਮਿਲੀਅਨ ਇਕੱਠਾ ਕਰ ਲਿਆ ਸੀ। ਔਰ ਇਹੋ ਜੀ ਇੱਕ ਬਰਾੜ ਸਾਹਿਬ ਹੋਰ ਬੱਚੀ ਹੈ ਹਰਪਰ, ਅੱਛਾ ਜੀ, ਹਰਪਰ ਹੈਂਕੀ ਉਹਨਾਂ ਦਾ ਹੈਗਾ ਨਾਂ, ਉਹ ਐਡਮਿੰਟਨ ਦੇ ਵਿੱਚ ਆ ਜੀ। ਉਸ ਬੱਚੀ ਨੂੰ ਵੀ ਸੇਮ ਆਰੀਅਨ ਵਾਲੀ ਹੀ ਪ੍ਰੋਬਲਮ ਆ, ਔਰ ਮੈਨੂੰ ਬੜਾ ਚੰਗਾ ਵੀ ਲੱਗਾ ਕਿ ਦੂਜੀਆਂ ਕਮਿਊਨਿਟੀਆਂ ਵੀ ਸਾਡੇ ਪ੍ਰੋਗਰਾਮ ਵਾਚ ਕਰਦੀਆਂ। ਉਸ ਬੱਚੀ, ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਮਿਸਿਸ ਗਿੱਲ ਕੁਲਵੰਤ ਕੌਰ ਬੋਲ ਰਹੀ ਹਾਂ। ਹਾਂਜੀ, ਤੁਸੀਂ ਜਿਹੜਾ ਹੁਣੇ ਬੱਚੀ ਬਾਰੇ ਦੱਸ ਰਹੇ ਸੀ, ਹਾਂਜੀ, ਠੱਗੀ ਹੋਈ ਹੈ, ਹਾਂਜੀ, ਸਿੱਧੀ ਗੱਲ ਕਰ ਲਿਓ ਜੀ, ਕਿਉਂਕਿ ਮੈਂ ਉਹਨੂੰ ਗਰੋਸਰੀ ਵੀ ਲੈ ਕੇ ਦੇਣਾ ਚਾਹੁੰਦੀ ਹਾਂ, ਥੋੜਾ ਕੁਛ ਮਨੀ ਵੀ ਦੇਣਾ ਚਾਹੁੰਦੀ ਹਾਂ, ਪਰ ਉਹਨੂੰ ਹੌਸਲਾ ਦੋ ਕਿ ਘਬਰਾਏ ਨਾ ਜੀ। ਬਿਲਕੁਲ ਜੀ, ਤੁਹਾਡਾ ਆਪਣਾ ਸਾਰਿਆਂ ਦਾ ਹੌਸਲਾ ਉਹਦੇ ਨਾਲ ਹੈ ਜੀ। ਥੈਂਕ ਯੂ ਜੀ, ਬਹੁਤ ਵੱਡਾ ਦਿਲ ਆ ਤੁਹਾਡਾ, ਔਰ ਮੈਂ ਜ਼ਰੂਰ ਤੁਹਾਡੇ ਤੱਕ ਉਹਨਾਂ ਦਾ ਨੰਬਰ ਪਹੁੰਚਦਾ ਕਰਾਂਗੀ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਬਿਲਕੁਲ ਬਰਾੜ ਸਾਹਿਬ, ਆਪਾਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬੀ ਕਮਿਊਨਿਟੀ ਇਹੋ ਜਿਹੀ ਆ। ਇੱਕ ਵਾਰੀ ਮੈਂ ਇੱਕ ਪ੍ਰੋਗਰਾਮ 'ਚ ਗਈ ਸੀ, ਉਹਨਾਂ ਨੇ BC ਚਿਲਡਰਨ ਹੋਸਪਿਟਲ ਦੇ ਲਈ ਲਾਸਟ ਵਿਸ਼ ਜਿਹੜੀ ਇੱਕ ਸੰਸਥਾ ਆ ਉਹਦੇ ਲਈ ਉਹਨਾਂ ਨੇ ਕਿਹਾ ਸੀ ਕਿ 20 ਮਿੰਟ ਹੀ ਸਿਰਫ ਉਹਨਾਂ ਨੇ ਚੈਰਿਟੀ ਇਕੱਠੀ ਕਰਨੀ ਹੈ, ਸਿਰਫ 20 ਮਿੰਟ। ਤੁਸੀਂ ਬਿਲੀਵ ਕਰੋ, ਮੇਰੇ ਅੱਖੀਂ ਦੇਖਣ ਦੀ ਗੱਲ ਆ, 20 ਮਿੰਟਾਂ 'ਚ $23,000 ਹੋ ਗਿਆ। ਵਾਹ ਜੀ ਵਾਹ, ਇਹ ਆਪਣੀ ਕਮਿਊਨਿਟੀ ਨੇ ਜਿੱਥੇ ਇੱਥੇ ਮੱਲਾਂ ਮਾਰੀਆਂ ਨੇ ਹਰ ਖੇਤਰਾਂ 'ਚ, ਦਿਲ ਵੀ ਖੁੱਲ੍ਹੇ ਰੱਖੇ ਨੇ, ਔਰ ਜਿੱਥੇ ਇਹੋ ਤਰ੍ਹਾਂ ਦੀ, ਜਿੱਥੇ ਕਮਿਊਨਿਟੀ ਖੁਸ਼ਹਾਲ ਹੈ, ਕੁਛ ਦੇ ਸਕਦੀ, ਕਿਸੇ ਦੀ ਮਦਦ ਕਰ ਸਕਦੀ ਹੈ, ਤਾਂ ਉੱਥੇ ਇਹੋ ਜਿਹੀ ਮਦਦ ਕਰਨੀ ਬਣਦੀ ਵੀ ਜੀ। ਸੋ ਮੈਂ ਚਾਹੂੰਗੀ ਤੁਹਾਡੇ ਵੱਲੋਂ ਇੱਕ ਪੋਜ਼ਿਟਿਵ ਜਿਹਾ ਮੈਸੇਜ ਇੰਟਰਨੈਸ਼ਨਲ ਵਿਦਿਆਰਥੀਆਂ ਲਈ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਆ ਜੀ ਕੁਛ ਇੱਕ ਇਹੋ ਜਿਹਾ ਮੀਡੀਆ ਆ ਬਰਾੜ ਸਾਹਿਬ ਜਿਹੜਾ ਇਹਨਾਂ ਵਿਦਿਆਰਥੀਆਂ ਦੀਆਂ ਨੈਗੇਟਿਵ ਗੱਲਾਂ ਨੂੰ ਹਮੇਸ਼ਾ ਅੱਗੇ ਲੈ ਕੇ ਆਉਂਦਾ ਆ। ਉਹ ਬੱਚੇ ਆਪਸ ਦੇ ਵਿੱਚ ਕਮਿਊਨਿਟੀ 'ਚ ਤੂੰ ਤੂੰ ਮੈਂ ਬੱਚਿਆਂ ਦੀ ਹੁੰਦੀ ਰਹਿੰਦੀ ਆ, ਪਰ ਇਹ ਵੀ ਸਾਡੀ ਕਮਿਊਨਿਟੀ ਦਾ ਅੰਗ ਆ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਕੱਲ੍ਹ ਮੇਰੇ ਨਾਲ ਸ਼ੋਅ ਦੇ ਵਿੱਚ ਬੱਚਾ ਆਇਆ ਸੀ, ਇੰਜੀਨੀਅਰਿੰਗ ਕੀਤੀ ਉਸ ਬੱਚੇ ਨੇ, ਉਹ ਵੀ ਇੰਟਰਨੈਸ਼ਨਲ ਸਟੂਡੈਂਟ ਆ, ਕੋਈ LMI, ਕੋਈ ਉਹਨੇ ਵਰਕ ਵੀਜ਼ਾ ਖਰੀਦਿਆ ਨਹੀਂ, ਕੁਛ ਨਹੀਂ ਕੀਤਾ, $1 ਤੱਕ ਨਹੀਂ ਲੱਗਾ। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹੋ ਜਿਹਾ ਪ੍ਰੋਗਰਾਮ ਲੈ ਕੇ ਆਈਏ ਜਿੱਥੇ ਸਟੂਡੈਂਟ ਜਿਹੜੇ ਸ਼ਾਰਪ ਸਟੂਡੈਂਟ
ਸਟੂਡੈਂਟ ਆ ਉਹ ਆਉਣ ਵਾਲੇ ਸਟੂਡੈਂਟਸ ਨੂੰ ਗਾਈਡ ਕਰਨ ਕਿ ਕਿਹੜੇ ਕਿਹੜੇ ਸਟੈਪ ਉਹਨਾਂ ਨੇ ਫੋਲੋ ਕਰਨੇ ਆ ਤਾਂ ਹੁਣ ਇਹ ਕਾਫੀ ਹੋ ਗਿਆ ਸਾਡੇ ਕੋਲ ਕਿ ਬੱਚਿਆਂ ਨੂੰ ਦੱਸਿਆ ਜਾਵੇ ਕਿ ਜੇ ਇਹੋ ਜਿਹੀਆਂ ਕਾਲਸ ਤੁਹਾਨੂੰ ਆਉਂਦੀਆਂ ਤੇ ਇਹਨਾਂ ਦੀ ਇੰਨੀ ਸੀਰੀਅਸ ਨਾ ਇਹਨਾਂ ਨੂੰ ਲਿਆ ਕੇ ਇਹਨਾਂ ਨੂੰ ਕੱਟ ਦਿਆ ਕਰੋ ਇਹ ਕੈਨੇਡਾ ਦੇ ਵਿੱਚ ਆਮ ਵਰਤਾਰਾ ਜੀ ਕੈਨੇਡਾ ਦੇ ਵਿੱਚ ਤੁਸੀਂ ਹੋਰ ਬੜਾ ਕੁਛ ਨਵਾਂ ਦੇਖਦੇ ਹੋ ਤਾਂ ਇੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੈਮ ਵਾਲੀਆਂ ਕਾਲਸ ਤੁਹਾਨੂੰ ਆਉਣਗੀਆਂ ਤੁਸੀਂ ਅਣਜਾਣ ਨੰਬਰ ਤੋਂ ਫੋਨ ਪਿੱਕ ਕਰਨ ਵੇਲੇ ਹਮੇਸ਼ਾ ਸਾਵਧਾਨੀ ਵਰਤੋ ਚਾਹੇ ਉਹਦੇ ਉੱਪਰ ਕਿਸੇ ਏਜੰਸੀ ਦਾ ਸਰਕਾਰੀ ਸੰਸਥਾ ਦਾ ਨਾਮ ਹੀ ਕਿਉਂ ਨਾ ਆ ਰਿਹਾ ਹੋਵੇ ਉਹ ਵੀ ਤੁਹਾਡੇ ਨਾਲ ਬਹੁਤ ਨਰਮਾਈ ਨਾਲ ਪੇਸ਼ ਆਉਣਗੇ ਕੋਈ ਤੁਹਾਨੂੰ ਡਰਾਏਗਾ ਧਮਕਾਏਗਾ ਨਹੀਂ ਔਰ ਇੱਕੋ ਦਮ ਤੁਹਾਡੇ ਕੋਲੋਂ ਕੋਈ ਵੀ ਪੈਸੇ ਦੀ ਮੰਗ ਨਹੀਂ ਕਰੇਗਾ ਅਤੇ ਨਾ ਹੀ ਤੁਹਾਨੂੰ ਕੋਈ ਇੱਕੋ ਵੇਲੇ ਡਿਪੋਰਟ ਕਰਨ ਲਈ ਤੁਹਾਨੂੰ ਧਮਕੀ ਦੇਵੇਗਾ ਜੇ ਕੁਛ ਇਸ ਤਰ੍ਹਾਂ ਦਾ ਹੁੰਦਾ ਵੀ ਤਾਂ ਉਹ ਤੁਹਾਡੇ ਘਰ ਤੁਹਾਡੇ ਪਤੇ ਟਿਕਾਣੇ 'ਤੇ ਚਿੱਠੀ ਪਾਉਂਦੇ ਨੇ ਔਰ ਤੁਹਾਨੂੰ ਜੇ ਤੁਹਾਡੇ ਤੋਂ ਕੋਈ ਐਡਰੈਸ ਪੁੱਛ ਰਿਹਾ ਪਤਾ ਟਿਕਾਣਾ ਪੁੱਛ ਰਿਹਾ ਤਾਂ ਉਹਨੂੰ ਆਪਣਾ ਪਤਾ ਟਿਕਾਣਾ ਫੋਨ ਨੰਬਰ ਘਰ ਸਿਮ ਨੰਬਰ ਦੇਣ ਦੀ ਫੋਨ 'ਤੇ ਕੋਈ ਲੋੜ ਨਹੀਂ ਇਹ ਠੱਗਾਂ ਦੇ ਟੋਲੇ ਸਰਗਰਮ ਨੇ ਜਿਹੜੇ ਤੁਹਾਡੇ ਕੋਲੋਂ ਤੁਹਾਨੂੰ ਫੋਨ ਕਰਕੇ ਜਾਅਲੀ ਏਜੰਸੀਆਂ ਦੇ ਨੁਮਾਇੰਦੇ ਬਣ ਕੇ ਤੁਹਾਨੂੰ ਸ਼ਿਕਾਰ ਬਣਾਉਂਦੇ ਫਿਰਦੇ ਨੇ ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਮੀਡੀਆ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਲੋਕ ਤੁਹਾਡੀ ਮਦਦ ਲਈ ਹਰ ਵੇਲੇ ਤਿਆਰ ਖੜ੍ਹੇ ਨੇ ਔਰ ਉਹਨਾਂ ਨੂੰ ਪਤਾ ਜੀ ਜਿਹੜੇ ਇਸ ਤਰ੍ਹਾਂ ਦੇ ਆਸਾਨੀ ਨਾਲ ਸ਼ਿਕਾਰ ਬਣਾਏ ਜਾ ਸਕਦੇ ਨੇ ਜਿਹਨਾਂ ਨੂੰ ਅਜੇ ਸਿਸਟਮ ਦਾ ਭੇਤ ਨਹੀਂ ਆਇਆ ਨਵੇਂ ਆਏ ਨੇ ਨਵੇਂ ਇਮੀਗ੍ਰੈਂਟ ਨੇ ਜਾਂ ਬਜ਼ੁਰਗ ਨੇ ਜਿਨ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਵਾਹ ਨਹੀਂ ਚੱਲਦੀ ਦੋ ਤਿੰਨ ਤਰੀਕੇ ਅਪਣਾਉਂਦੇ ਨੇ ਜਾਂ ਤਾਂ ਉਹ ਲਾਲਚ ਦਿੰਦੇ ਨੇ ਕਿ ਤੁਹਾਡੀ ਲਾਟਰੀ ਨਿਕਲ ਆਈ ਹੁਣ ਬੜੇ ਤਰੀਕੇ ਪੁਰਾਣੇ ਹੋ ਗਏ ਨੇ ਲੋਕਾਂ ਨੂੰ ਸਮਝ ਆ ਗਈ ਉਹਦੀ ਬਜਾਏ ਹੁਣ ਕਦੇ ਸਰਵਿਸ ਕੈਨੇਡਾ ਤੋਂ ਫੋਨ ਕਦੇ ਰੈਵਨਿਊ ਏਜੰਸੀ ਦੇ ਨੁਮਾਇੰਦੇ ਬਣ ਕੇ ਫੋਨ ਕਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਕਦੇ CBSA ਤੋਂ ਬਣ ਕੇ ਫੋਨ ਸੋ ਇਹਨਾਂ ਸਾਰੀਆਂ ਏਜੰਸੀਆਂ ਦਾ ਆਪਣਾ ਕੰਮ ਕਰਨ ਦਾ ਇੱਕ ਢੰਗ ਤਰੀਕਾ ਉਹ ਕਿਸੇ ਕੋਲੋਂ ਵੀ ਖੜੇ ਪੈਰ ਫੋਨ ਰਾਹੀਂ ਪੈਸੇ ਦੀ ਮੰਗ ਨਹੀਂ ਕਰਦੇ ਜੇ ਤੁਹਾਡੇ ਵੱਲ ਕੋਈ ਬਕਾਇਆ ਖੜਾ ਵੀ ਹੈ ਆਪੇ ਤੁਹਾਡੇ ਪਤੇ 'ਤੇ ਚਿੱਠੀ ਆ ਜਾਏਗੀ ਉਸ ਚਿੱਠੀ ਨੂੰ ਪੜ੍ਹ ਕੇ ਧਿਆਨ ਨਾਲ ਤੁਸੀਂ ਫਿਰ ਜਾ ਕੇ ਉਸ ਏਜੰਸੀ ਦੇ ਦਫ਼ਤਰ 'ਚ ਗੱਲਬਾਤ ਕਰ ਸਕਦੇ ਹੋ ਦਿਖਾ ਸਕਦੇ ਹੋ ਕਿ ਚਿੱਠੀ ਅਸਲੀ ਹੈ ਕਿ ਨਕਲੀ ਹੈ ਤੁਸੀਂ ਫੋਨ ਕੀਤਾ ਜਾਂ ਨਹੀਂ ਕੀਤਾ ਇੱਕੋ ਦਮ ਫੈਸਲਾ ਨਾ ਲਓ ਇਹਦੇ ਨਾਲ ਤੁਹਾਡੇ ਨਾਲ ਠੱਗੀ ਵੱਜ ਸਕਦੀ ਹੈ ਔਰ ਮੇਰਾ ਕਿਉਂਕਿ ਵਿਦਿਆਰਥੀ ਨਾਲ ਵਾਹ ਪੈਂਦਾ ਰਿਹਾ ਜੀ ਮੈਂ ਉੱਥੇ 10 ਸਾਲ ਪੜ੍ਹਾ ਕੇ ਆਇਆ ਵਿਦਿਆਰਥੀ ਆਪਾਂ ਕਹਿੰਦੇ ਹਾਂ ਕਿ ਬਹੁਤ ਚਤਰ ਹੁੰਦੇ ਨੇ ਸਮਾਰਟ ਹੁੰਦੇ ਨੇ ਪਰ ਖਾਸ ਕਰਕੇ ਜੇ ਕੁੜੀਆਂ ਵੀ ਹੈ ਨਾ ਭੋਲੀਆਂ ਬਹੁਤ ਹੁੰਦੀਆਂ ਨੇ ਆਲੇ ਦੁਆਲੇ 'ਚ ਬਹੁਤਾ ਵਿਚਰੀਆਂ ਨਹੀਂ ਹੁੰਦੀਆਂ ਕਈ ਵਾਰੀ ਪਰਿਵਾਰ ਦੀਆਂ ਬੰਦਿਸ਼ਾਂ ਹੁੰਦੀਆਂ ਨੇ ਅਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕੀ ਕੁਛ ਉਹਨਾਂ ਦੇ ਨਾਲ ਹੋਣ ਜਾ ਰਿਹਾ ਹੁੰਦਾ ਅਤੇ ਉਹਨਾਂ ਨੂੰ ਵੀ ਆਸਾਨੀ ਨਾਲ ਉਹਨਾਂ ਦੇ ਨਾਲ ਠੱਗੀ ਮਾਰੀ ਜਾ ਸਕਦੀ ਹੁੰਦੀ ਹੈ ਵਿਦਿਆਰਥੀਆਂ ਦੇ ਨਾਲ ਖੜਨ ਦੇ ਲਈ ਤੁਹਾਡੇ 'ਚ ਵੀ ਹੌਸਲਾ ਹੋਣਾ ਚਾਹੀਦਾ ਕਿਉਂਕਿ ਬੜਾ ਕੁਛ ਕੌਮਾਂਤਰੀ ਵਿਦਿਆਰਥੀਆਂ ਦੇ ਨਾਲ ਜੋੜਿਆ ਜਾ ਚੁੱਕਾ ਉਹਨਾਂ ਦਾ ਅਕਸ ਧੁੰਦਲਾ ਕੀਤਾ ਜਾ ਚੁੱਕਾ ਕੁਛ 1% ਦੇ ਕਰੀਬ ਜਾਂ ਇਸ ਤੋਂ ਵੀ ਘੱਟ ਵਿਦਿਆਰਥੀ ਹੋਣਗੇ ਜਿਨ੍ਹਾਂ ਦੀਆਂ ਆਪ ਖੁਦਰੀਆਂ ਕਾਰਨ ਸਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਹ ਜਿਹੜੀ ਮਿਹਣੇ ਵੱਜਣੇ ਝੱਲਣੇ ਪੈ ਰਹੇ ਨੇ ਅਤੇ ਅਸੀਂ ਸਮਝਦੇ ਹਾਂ ਸਾਰਿਆਂ ਦੀ ਸਥਿਤੀ ਕਿ ਸਾਰੇ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੈ ਬਹੁਤ ਮਿਹਨਤ ਕਰਨ ਵਾਲੇ 2-2 ਸ਼ਿਫਟਾਂ ਲਾਉਣ ਵਾਲੇ ਵਿਦਿਆਰਥੀ ਵੀ ਨੇ ਅਤੇ ਹੜਦੌਂਗ ਕਰਨ ਵਾਲੇ ਵੀ ਬਹੁਤ ਥੋੜ੍ਹੀ ਗਿਣਤੀ ਵਿੱਚ ਨੇ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਜੇ ਇੱਥੇ ਪੜ੍ਹਨ ਲਿਖਣ ਲਈ ਆਏ ਹੋ ਜਿਹੜੇ ਕੰਮ ਲਈ ਆਏ ਹੋ ਉਸੇ ਲਈ ਤੁਸੀਂ ਇੱਥੇ ਕੰਮ ਧੰਦਾ ਕਰਕੇ ਪੜ੍ਹਾਈ ਕਰਕੇ ਆਪਣੀ ਕਮਿਊਨਿਟੀ ਦਾ ਆਕਸ ਜਿਹੜਾ ਬਣਾਓ ਖਰਾਬ ਨਾ ਕਰੋ ਇਹੀ ਸੁਨੇਹਾ ਆਪਾਂ ਇਸ ਮੰਚ ਤੋਂ ਦੇਣਾ ਚਾਹਾਂਗੇ ਥੈਂਕ ਯੂ ਬਰਾੜ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਵਧੀਆ ਅੱਜ ਜਿਹੜਾ ਸਾਡਾ ਸ਼ੋਅ ਰਿਹਾ ਔਰ ਬੜਾ ਵਧੀਆ ਪੋਜ਼ਿਟਿਵ ਮੈਸੇਜ ਦਿੱਤਾ ਕਿਉਂਕਿ ਤੁਹਾਡਾ ਸਟੂਡੈਂਟਸ ਨਾਲ ਵਾਹ ਪੈਂਦਾ ਰਹਿੰਦਾ ਤੁਸੀਂ ਇਸ ਕਿੱਤੇ ਦੇ ਨਾਲ ਬਿਲੋਂਗ ਕਰਦੇ ਸੀ ਔਰ ਨੌਜਵਾਨ ਪੀੜ੍ਹੀ ਨਾਲ ਵਾਹ ਖੂਬ ਵਿਚਰੇ ਹਾਂ ਤੁਸੀਂ ਔਰ ਥੈਂਕ ਯੂ ਤੁਹਾਡਾ ਅਤੇ ਫਿਰ ਤੁਹਾਡੇ ਨਾਲ ਸੋਮਵਾਰ ਮੁਲਾਕਾਤ ਹੋਵੇਗੀ ਜੀ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਖਬਰਸਾਰ ਦੇ ਵਿੱਚ ਇਹ ਸਨ ਮੇਰੇ ਨਾਲ ਗੁਰਬਾਜ ਸਿੰਘ ਬਰਾੜ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਖਬਰਸਾਰ ਦੀ ਤੇ ਸਾਂਝਾ ਜਿਹੜਾ ਸਾਂਝਾ ਟੀਵੀ ਦਾ ਮੰਚ ਹੈ ਤੁਹਾਡੇ ਸਾਰਿਆਂ ਲਈ ਆ ਸੋ ਕਿਸੇ ਦੀ ਵੀ ਕੋਈ ਵੀ ਗੱਲਬਾਤ ਹੁੰਦੀ ਹੈ ਤੁਸੀਂ ਸਾਡੇ ਨਾਲ ਬੇਝਿਜਕ ਹੋ ਕੇ ਫੋਨ ਕਰਕੇ ਸਾਂਝੀ ਕਰ ਸਕਦੇ ਹੋ ਸੋ ਬੱਚੀ ਜਿਹੜੀ ਗਗਨ ਜਿਸ ਦੇ ਨਾਲ ਬਹੁਤ ਵੱਡੀ ਠੱਗੀ ਹੋਈ ਹੈ ਸਕੈਮ ਕਾਲ ਦੇ ਰਾਹੀਂ ਤਕਰੀਬਨ $8,430 ਇਸ ਬੱਚੀ ਦੇ ਗਏ ਆ ਔਰ ਥੈਂਕ ਯੂ ਕਰਨਾ ਚਾਹੁੰਦੀ ਹਾਂ ਜਸਵਿੰਦਰ ਸਿੰਘ ਹੋਣਾ ਦਾ ਜਿਨ੍ਹਾਂ ਨੇ ਇਸ ਬੱਚੀ ਦੀ ਹੈਲਪ ਕੀਤੀ ਆ ਅਤੇ ਨਾਲ ਹੀ ਮੈਂ ਦੱਸ ਦਿਆਂ ਕਿ ਜਸ ਸਹੋਤਾ ਗੋ ਫੰਡ ਵੀ ਪੇਜ ਹੈ ਉਸ 'ਤੇ ਵੀ ਤੁਸੀਂ ਜਾ ਸਕਦੇ ਹੋ ਅਤੇ ਥੈਂਕ ਯੂ ਸਾਡੇ ਇੱਕ ਹੋਰ ਕਾਲਰ ਨੇ ਇਸ ਬੱਚੀ ਦੇ ਨਾਲ ਰਾਬਤਾ ਕਾਇਮ ਕਰਨ ਦੀ ਗੱਲ ਕੀਤੀ ਆ ਉਹ ਇਸ ਬੱਚੀ ਨੂੰ ਹੌਸਲਾ ਦੇਣਾ ਚਾਹੁੰਦੇ ਆ ਸੋ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਚੰਗੇ ਇਨਸਾਨ ਆ ਬੜੀ ਵਧੀਆ ਪੰਜਾਬੀ ਕਮਿਊਨਿਟੀ ਆ ਮਾਣ ਉੱਚਾ ਹੁੰਦਾ ਸਾਡਾ ਸਿਰ ਉੱਚਾ ਹੁੰਦਾ ਕਿ ਅਸੀਂ ਪੰਜਾਬੀ ਹਾਂ ਅਤੇ ਹਰ ਥਾਂ 'ਤੇ ਅਸੀਂ ਸਿਰ ਡਾਹ ਦੇਈਦਾ ਜਿੱਥੇ ਕਿਤੇ ਕੋਈ ਮੁਸੀਬਤ ਆਉਂਦੀ ਆ ਬੇਸ਼ੱਕ ਉਹ ਸਾਡੇ ਆਪਣੇ ਬੱਚੇ ਹੋਣ ਬੇਸ਼ੱਕ ਇੰਟਰਨੈਸ਼ਨਲ ਹੋਣ ਅਸੀਂ ਪੰਜਾਬੀ ਹਾਂ ਸਾਰੇ ਇੱਕ ਹਾਂ ਸੋ ਕੋਈ ਤੇਰਮੇਰ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਖਰਾ ਦਰਜਾ ਦੇਣ ਦੀ ਲੋੜ ਨਹੀਂ ਇਹ ਸਾਡੀ ਹੀ ਕਮਿਊਨਿਟੀ ਦਾ
अंग ने ते साडे कोल ही इन्हां ने रहना आने वाले समय च इन्हां बच्चियां ने तरक्कियां करनियां ते कोशिश करिए असीं अपने बच्चियां नूं ते इन्हां बच्चियां नूं एक वधिया समाज सिरज के दईए तां कि साडियां आने वालियां पीढ़ियां वधिया एक खुशहाल जिंदगी जीव सकन ते असीं इंज ना करिए कि इन्हां बच्चियां दे नाल असीं कोई बद सलूकी करिए जां इन्हां नूं असीं कम्यूनिटी दा अंग ना समझिए। सो इन्हां बच्चियां नूं हौसला देइए, इन्हां बच्चियां नूं राहे बराहे समझाउंदे रहा करिए। ते मेरी तुहाडे नाल फिर मुलाकात होवेगी जी खबरसार दे विच। अज इत्थे तक दा साथ सी, ख्याल रखियो, सत श्री अकाल जी।